10-15 ਚੱਲਣ ਦੀ ਬੱਤੀ ਆਈ ਤੇ ਹੁਣ ਰਾਣੀ ਸੁੰਦਰਾ ਚ ਪਹਿਲਾਂ ਪਾਉਂਗੇ CNG ਉਹਦੇ ਬਾਅਦ ਚ ਆਉਂਗੇ ਨਵਾਂ ਸ਼ਹਿਰ ਨੂੰ। ਲੈ ਵੇ ਮਿੱਤਰਾ, ਬਾਈ ਹੁਣੀ ਆ ਗਏ ਆ, ਮੈਨੂੰ ਇਹ ਕੰਮ ਸੀ ਡੈਂਟਰ ਨੇ, ਮੈਂ ਕੰਮ ਵੀ ਕਰ ਲਿਆ। ਇਹ ਸਾਡੇ ਰਾਜੂ ਕਟਾਰੀਆ ਸਾਹਿਬ ਆ ਜੀ, ਰਾਜੂ ਕਟਾਰੀਆ ਸਾਹਿਬ। ਕਿੱਦਾਂ ਜੀ ਕਟਾਰੀਆ ਸਾਹਿਬ? ਵਧੀਆ ਬ੍ਰੋ। ਸਿਹਤਾਂ ਠੀਕ ਹੈ ਭਾਜੀ? ਓਕੇ ਬ੍ਰੋ। ਤੇ ਕਟਾਰੀਆ ਬਾਈ ਆਪਾਂ ਚੱਕ ਲੈਂਦਾ ਤੇ ਹੁਣ ਚੱਲੇ ਆ ਰਾਣੀ ਸੁੰਦਰਾ ਦੀ ਸਰਵਿਸ ਕਰਾਉਣ। ਅੱਜ ਆਰਟਿਕ ਆਪਣੇ ਕੋਲ CNG ਬਾਈ ਵਾਲੀ CNG ਪਵਾਉਣ ਲੱਗੇ ਹਾਂ, ਤਾਂ ਬਾਹਰ ਤੁਹਾਨੂੰ ਨਿਕਲਣਾ ਪੈਣਾ ਆ, ਤਾਂ CNG ਪਵਾਉਣ ਲੱਗੇ ਹਾਂ ਆਰਟਿਕਾ 'ਚ। ਆਪਣੇ ਲਾਗੇ ਪੰਪ ਖੁੱਲਿਆ ਵਾ, ਯਾਰ ਫਾਇਦਾ ਬਹੁਤ ਆ। ਮੈਂ ਕਿਹਾ ਜੇ ਕੋਈ ਵੀਰ ਭਰਾ ਮੇਰਾ ਦੂਰੋਂ ਨੇੜਿਓ ਵੀਡੀਓ ਦੇਖਦਾ ਤਾਂ ਆਪਣੇ ਬਲਾਚੌਰ 'ਚ ਪੰਪ ਹੈਗਾ, ਜਾਲ ਲੈ, ਇੱਥੋਂ CNG ਪਵਾ ਸਕਦੇ ਹਾਂ। ਥਿੰਕ ਗੈਸ। ਓਕੇ, ਰਿਪੋਰਟ ਆ ਪੂਰੀ ਇਸ ਗੈਸ ਦੀ। ਕਈ ਭਰਾ ਅੰਮ੍ਰਿਤਸਰ ਤੋਂ ਬਲੌਗ ਦੇਖਦੇ, ਜਲੰਧਰ ਤੋਂ ਦੇਖਦੇ, ਯਾਨੀ ਕਿਤੇ ਕਿਸੇ ਭਰਾ ਕੋਲ CNG ਗੱਡੀ ਆ ਤਾਂ ਆਪਣੇ ਬਲਾਚੌਰ ਦੇ ਵਿੱਚ ਥਿੰਕ ਗੈਸ ਅਵੇਲੇਬਲ ਆ। ਤਾਂ ਮੈਂ ਕਿਹਾ ਦੱਸ ਦਈਏ ਆਪਣੇ ਭਰਾਵਾਂ ਨੂੰ। CNG ਕਰਾਤੀ ਆ ਫੁੱਲ ਯਾਰਾਂ ਨੇ, ਹੁਣ ਖਿੱਚਦਾ ਨਹੀਂ ਰਾਣੀ ਸੁੰਦਰਾ, ਹੁਣ ਬਾਗੀਆਂ ਪਾਉਂਦੀ ਆ ਉਹ। ਸਰ ਜੀ ਇੱਕ ਗੱਲ ਦੱਸੋ, ਜਿੱਦਾਂ ਇਹ ਥਿੰਕ ਗੈਸ ਆ, ਇੱਕ ਆਪਣੇ ਬਲਾਚੌਰ ਪੰਪ, ਹਰੇਕ ਪੰਪਾਂ ਦਾ ਅਲੱਗ ਅਲੱਗ ਹਿਸਾਬ ਹੁੰਦਾ, ਕੋਈ ਪਿਕਅਪ ਦਾ ਫਰਕ ਪੈਂਦਾ ਗੈਸ ਦਾ? ਜਿੱਦਾਂ ਪ੍ਰੈਸ਼ਰ ਫੁੱਲ ਹੁੰਦਾ, ਵਧੀਆ ਹੁੰਦੀ ਆ ਥਿੰਕ ਗੈਸ ਦਾ, ਸਭ ਨੂੰ ਵਧੀਆ ਪ੍ਰੈਸ਼ਰ ਸਿੰਗਲ ਹੈ ਨਾ ਥਿੰਕ ਗੈਸ ਦਾ, ਬੈਸਟ ਪ੍ਰੈਸ਼ਰ ਹੈ ਬਿਲਕੁਲ ਇਹਦਾ, ਬੈਸਟ। ਹਾਂ ਓਕੇ, ਜਿਹੜੇ ਆਪਣੇ ਬਲਾਚੌਰ 'ਚ ਦੋ ਪੰਪ ਹੈਗੇ CNG ਦੇ, ਥਿੰਕ ਗੈਸ ਦਾ ਜਾਲ ਲਿਆ, ਇੱਥੇ ਪਵਾ ਸਕਦੇ ਜੇ ਮੇਰੇ ਭਰਾ ਕਿਸੇ ਨੇ ਪਾਉਣੀ ਹੋਵੇ, ਜੇ ਕਿਸੇ ਦੀ ਘੱਟ ਹੋਵੇ ਤਾਂ ਇੱਧਰੋਂ ਜਲੰਧਰ ਵੱਲੋਂ ਆਉਂਦਾ, ਕੋਈ ਚੰਡੀਗੜ੍ਹ ਵੱਲ ਤੋਂ ਆਉਂਦਾ, ਅੰਮ੍ਰਿਤਸਰ ਤੋਂ ਕਿਤੇ ਵੀ ਆਉਂਦਾ, ਤਾਂ ਇੱਥੇ ਪਵਾ ਸਕਦੇ ਆਪਾਂ ਜਾਲ ਲੈ ਥਿੰਕ ਗੈਸ। ਜਾਂ ਆਰਟਿਕਾ ਦੀਆਂ ਫੇਰੀਆਂ ਲੈਂਦੇ ਆ, ਰਾਣੀ ਜਾਂਦੀ ਆ ਲਿਚ ਕਰਦੀ ਭਾਜੀ, ਹੈ 94-44 ਜਾਂਦੀ ਲਿਚ ਕਰਦੀ, ਅੱਜ ਨਵਾਂ ਸ਼ਹਿਰ ਤੋਂ ਲਿਚ ਕਰਦੀ ਜਾਂਦੀ ਆ, ਅੱਜ ਫੇਰੀਆਂ ਪੂਰੀਆਂ, ਲਹਿਰਾਂ ਬਹਿਰਾਂ ਪੂਰੀਆਂ। ਹਾਂਜੀ ਬਾਬਿਓ, ਸਤਿ ਸ਼੍ਰੀ ਅਕਾਲ ਜੀ, ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਯੂਟਿਊਬ ਚੈਨਲ 'ਤੇ, ਤੇ ਅੱਜ ਚੱਲੇ ਆ ਇੱਕ ਬਰਾਤ ਲੈਣ। ਮਿੱਤਰ ਆ ਗਏ ਆ ਮਰੂਤੀ ਸੰਜੂਕੀ ਆਪਣੀ ਰਾਣੀ ਸੁੰਦਰਾ ਦੀ ਸਰਵਿਸ ਕਰਾਉਣ। ਮਰੂਤੀ ਸੰਜੂਕੀ, ਅੱਜ ਕਈ ਭਰਾ ਮੇਰੇ ਟੋਇਟਾ ਮਰੂਤੀ ਲਵਰ ਆ ਨਾ, ਕਈ ਭਰਾ ਮੇਰੇ ਮਰੂਤੀ ਲਵਰ ਆ, ਅੱਜ ਮਰੂਤੀ ਸੰਜੂਕੀ ਜੀ ਆ ਗਏ ਭਰਾ ਤੁਹਾਡਾ। ਮਰੂਤੀ ਸੰਜੂਕੀ ਬਹੁਤ ਬੜੀ ਬਣਾਤੀ ਭਾਈ ਮਰੂਤੀ, ਲੈ ਰਾਣੀ ਸੁੰਦਰਾ ਲਾਤੀ ਆ, ਉੱਤੋਂ ਮੁੜ ਕੇ ਅਸੀਂ ਬਰਾਤ ਵੀ ਚੱਕਣੀ ਆ, ਜੇ ਤਾਂ ਟਾਈਮ ਹੋਇਆ ਤਾਂ ਸਰਵਿਸ ਕਰਾ ਦੇਣੀ, ਨਹੀਂ ਫਿਰ ਅਗਲੀ ਵਾਰ ਕਰਾਉਂਗੇ। ਬਹੁਤ ਬੜੀ ਮਰੂਤੀ ਸੰਜੂਕੀ ਵੀ ਯਾਰ, ਇਹਦੇ ਹਿਸਾਬ ਤਾਂ ਹੋਰ ਆ, ਟੋਇਟਾ ਦਾ ਹੋਰ ਆ, ਇਹ 'ਚ ਮੈਂ ਕਦੇ ਆਇਆ ਨਹੀਂ, ਪਹਿਲੀ ਵਾਰ ਆਇਆ ਮਰੂਤੀ ਸੰਜੂਕੀ ਜੀ ਯਾਰ, ਕਾਫੀ ਬੜੀ ਹੈ ਵੀ। ਲੈ ਵੇ ਮਿੱਤਰਾ, ਸਰਵਿਸ ਲਈ ਚੱਲੀ ਆ ਰਾਣੀ ਸੁੰਦਰਾ ਆਪਣੀ, ਬਾਈ ਹੁਣੀ ਕਹਿੰਦੇ ਅੱਧੇ ਘੰਟੇ 'ਚ ਹੋ ਜੂਗੀ, 4 ਵਜੇ ਆਪਣੀ ਚਾਹ ਦਾ ਟਾਈਮ ਹੋ ਜਾਂਦਾ, ਮੈਂ ਤਾਂ ਕਹਿੰਦਾ 4 ਵਜੇ ਤੱਕ ਹੋ ਜਾਵੇ, 3:30 ਹੋ ਗਏ ਆ, 3:30 ਵਜੇ ਗੱਡੀ ਅੰਦਰ ਵਾੜਦੇ, ਅੱਜ ਦੇਖਦੇ ਹਾਂ ਮਰੂਤੀ ਸੰਜੂਕੀ ਦੀ ਤੁਹਾਡੀ ਭਾਈ ਕਿੰਨੀ ਕੁ ਸਰਵਿਸ ਫਾਸਟ ਆ, ਅੱਜ ਦੇਖਦੇ ਹਾਂ ਭਾਈ ਦੀ ਕਿੰਨੀ ਚੱਲਦੀ ਆ। ਭਾਜੀ ਦੋ ਸਾਲ ਤੋਂ ਕਹਿੰਦਾ ਸ਼ੁਰੂ ਤੋਂ ਭਾਜੀ ਮਰੂਤੀ ਸੰਜੂਕੀ ਨਾਲ ਜੁੜੇ ਹੋ ਆ, ਲਵਰ ਮਰੂਤੀ ਸੰਜੂਕੀ ਲਵਰ ਆ ਭਾਜੀ ਸਾਡੇ, ਸਹੀ ਗੱਲ। ਤੁਸੀਂ ਤਾਂ ਨਹੀਂ ਸ਼ੁਰੂ ਤੋਂ, ਤੁਸੀਂ ਤਾਂ ਮਰੂਤੀ ਸੰਜੂਕੀ ਰੱਖੀ ਸ਼ੁਰੂ ਤੋਂ ਨਾ, ਟਵਾਟਾ ਤਾਂ ਨਹੀਂ ਵਰਤੇ ਤੁਸੀਂ, ਇਹ ਸਾਡੇ ਲਵਰ ਮਰੂਤੀ ਸੰਜੂਕੀ ਦਾ ਲਵਰ ਆ ਭਾਜੀ ਹੁਣੀ, ਸਹੀ ਗੱਲ। ਹੁਣ ਦੇਖਦੇ ਹਾਂ ਅੱਧੇ ਘੰਟੇ 'ਚ ਹੁੰਦਾ ਕੰਮ ਸਾਡਾ, ਬਾਈ ਨੇ ਅੱਧੇ ਘੰਟੇ ਦਾ ਟਾਈਮ ਦਿੱਤਾ, ਰਾਣੀ ਸੁੰਦਰਾ ਲੱਗ ਗਈ ਆਪਣੀ ਸਰਵਿਸ ਲਈ, ਹੁਣ ਦੇਖਦੇ ਕਿੰਨੇ ਟਾਈਮ ਸਰਵਿਸ ਹੁੰਦੀ ਆ। ਪਰ ਜੋ ਨਜ਼ਾਰਾ ਟੋਇਲਟਾਂ ਦਾ ਨਾ ਪਾਣੀ ਪੁੱਛਿਆ ਨਾ ਚਾਹ ਪੁੱਛੀ ਹਾਲ ਤੱਕਰ। ਵਿੱਕੀ ਭਾਜੀ ਪਾਣੀ ਪੜਾ ਦਿਓ, ਇਹ ਵਿੱਕੀ ਭਾਜੀ ਤੁਹਾਡੇ ਮਰੂਤੀ ਸੰਜੂਕੀ 'ਚ ਆਏ ਭਾਜੀ, ਅਸੀਂ ਅੱਜ ਪ੍ਰਮੋਸ਼ਨ ਕਰਦੇ ਮਰੂਤੀ ਸੰਜੂਕੀ ਦੀ, ਪਾਣੀ ਪੜਾ ਦਿਓ ਸਾਨੂੰ। ਜੇ ਹੁਣ ਇੱਥੇ ਟਵਾਟਾ ਚਾਹੁੰਦੇ ਤੁਹਾਨੂੰ ਕਾਫੀ ਪਾਣੀ 5 ਚੀਜ਼ਾਂ ਆ ਜਾਣੀਆਂ ਸੀ, ਇੱਦਾਂ ਨਾ ਨਾ ਕਰੋ, ਤੁਹਾਡੀ ਅਸੀਂ ਅੱਜ ਪ੍ਰਮੋਸ਼ਨ ਕਰ ਰਹੇ ਤੁਹਾਡੀ ਗੱਡੀ ਦੀ, ਠੀਕ ਨੀ? ਮਰੂਤੀ ਸੰਜੂਕੀ ਨੂੰ ਦੱਸੋ ਯਾਰ, ਯੂਟਿਊਬਰ ਆਇਆ ਭਾਜੀ ਪਾਣੀ ਦੇਵੋ, ਟਵਾਟਾ ਲਵਰ ਆਇਆ ਮਰੂਤੀ ਸੰਜੂਕੀ 'ਚ, ਇਹਨੂੰ ਦੱਸੋ ਮਾੜੇ ਟਵਾਟਾ ਲਵਰ ਆਇਓ ਆ। ਹਾਏ ਸੱਚੀ ਭਾਈ, ਉੱਥੇ ਹੁਣ ਨੂੰ ਪਾਣੀ ਆ ਜਾਣਾ 2-3 ਦਿਨ ਬਾਅਦ, ਗਾੜਾ ਸੁੱਕਦਾ ਉਹ ਭਾਈ, ਚੱਲਦੀ ਨੀ ਤੁਹਾਡੀ, ਚੱਲਦੀ ਨੀ ਤੁਹਾਡੀ ਨਾ, ਵਿੱਕੀ ਭਾਈ ਦੀ ਚੱਲਦੀ ਨੀ ਮਰੂਤੀ 'ਚ, ਵਿੱਕੀ ਭਾਈ ਤੁਸੀਂ ਮੇਰੇ ਨਾਲ ਟਵਾਟਾ ਚੱਲੇ, ਤੁਹਾਨੂੰ ਦੱਸੂਗਾ ਮੈਂ, ਤੁਹਾਡੀ ਚੱਲਦੀ ਨੀ ਮਰੂਤੀ ਸੰਜੂਕੀ 'ਚ, ਤੁਹਾਡੀ ਚੱਲਦੀ ਨੀ, ਪੜਾਓ ਗਲਾ ਸੁੱਕਿਆ ਵਾ ਸੰਤਾ ਦਾ, ਆਜੋ ਬਿਠਾਓ ਅੰਦਰ ਬਿਠਾਓ, ਸੰਤਾ ਦਾ ਗਲਾ ਸੁੱਕਿਆ, ਕਿਆ ਪਤਾ ਗੱਡੀ 'ਚ ਪਾਣੀ ਪੜਾ, ਤੁਹਾਡੇ ਮਰੂਤੀ ਸੰਜੂਕੀ ਐਡੀ ਬੜੀ ਕੰਪਨੀ 'ਚ ਆਇਆ ਵਾ, ਪਾਣੀ ਨੀ ਪੜਾ ਅੰਦਰ, ਕਹਿੰਦੇ ਮੈਂ ਆਪਣੇ ਇੱਥੇ ਮੰਗਾ ਕੇ ਦਿਓ, ਟਵਾਈਟਾ ਹੀ ਚੱਲੋ ਮੇਰੇ ਨਾਲ, ਟਵਾਈਟਾ ਜਾ ਜਾਓ। ਜੈਵੇ ਥੈਂਕ ਯੂ ਸੋ ਮੱਚ ਮਰੂਤੀ ਸੰਜੂਕੀ ਵਾਲਿਓ, ਪਾਣੀ ਮਿਲ ਗਿਆ ਸਾਨੂੰ, ਅੱਧੇ ਘੰਟੇ ਵਿੱਚ ਮਿਲਿਆ ਪਰ ਮਿਲ ਗਿਆ ਪਾਣੀ, ਥੈਂਕ ਯੂ ਜੀ। ਬਹੁਤ ਬਹੁਤ 3-4 ਵਾਰੀ ਕਿਹਾ, ਕਿਸੇ ਨੇ ਪੁੱਛਿਆ ਹੀ ਨਹੀਂ ਪਾਣੀ ਜੀ, ਸਾਡਾ ਗਲਾ ਸੁੱਕਿਆ ਵਾ, ਪਨੀਰ ਵਾਲੇ ਪਕੌੜੇ ਖਾ ਲਏ, ਹਾਂਜੀ ਹਾਂਜੀ ਮਾੜਾ ਹਾਲ ਆ। ਥੈਂਕ ਯੂ ਮਰੂਤੀ ਸੰਜੂਕੀ ਵਾਲਿਓ, ਪਾਣੀ ਮਿਲ ਗਿਆ। ਲੈ ਵੇ ਮਿੱਤਰਾ ਪਾਣੀ ਮਿਲ ਗਿਆ, ਬੜੀ ਮੁਸ਼ਕਿਲ ਨਾਲ ਮਿਲਿਆ, ਪਰ ਬੜੀ ਮੁਸ਼ਕਿਲ ਨਾਲ ਮਿਲਿਆ, ਮਿਲ ਗਿਆ, ਗਲਾ ਸੁੱਕਿਆ ਪਿਆ ਸੀਗਾ, ਪਤਾ ਹੁਣ ਤਾਂ ਦੂਜੀ ਵਾਰ ਪਾਣੀ ਆ ਗਿਆ ਬਈ।
ਮਰੂਤੀ ਸੁਜ਼ੂਕੀ ਵਾਲੇ ਬਈ ਕਰਦੇ ਇੱਜ਼ਤ ਨਹੀਂ ਆ, ਕਰਦੇ ਆ ਸਾਡੀ ਇੱਜ਼ਤ। ਮਰੂਤੀ ਸੁਜ਼ੂਕੀ ਵਾਲੇ ਵਿਜੇ ਭਾਈ ਚੱਲਦੀ ਆ ਤੁਹਾਡੀ ਸਾਜ ਜੀ, ਚੱਲਦੀ ਆ ਤੁਹਾਡੀ, ਚੱਲਦੀ ਆ ਮਰੂਤੀ ਸੁਜ਼ੂਕੀ 'ਚ ਪੂਰੀ ਚੱਲਦੀ ਆ। ਪਾਣੀ ਦੋ ਵਾਰ ਆ ਗਿਆ ਵੀ ਹੁਣ ਤਾਂ, ਹੁਣ ਹੁਣ ਮੰਨਦੇ ਆ ਬਈ ਕੀ ਭਾਈ ਨੇ ਪਾਣੀ ਪਾਣੀ ਕਰਤਾ ਭਾਈ। ਤੁਸੀਂ ਸੀਰੀਅਸ ਲੈ ਗਏ, ਮੈਂ ਤਾਂ ਇੱਕ ਗਲਾਸ ਮੰਗਾਇਆ ਸੀਗਾ, ਤੁਸੀਂ ਬੋਤਲਾਂ ਭਰ ਲਿਆ ਏ। ਲੈ ਵੇ ਮਿੱਤਰਾ, ਦੂਜੀ ਰਾਣੀ ਛੱਡਤੀ ਆ, ਪੋ ਸਰਵਿਸ ਨੂੰ ਟਾਈਮ ਲੱਗਣਾ, ਆਪਣੇ 4 ਵਜਣ ਲੱਗਿਆ, ਚਾਹ ਦਾ ਟਾਈਮ ਹੋਣ ਲੱਗਿਆ, ਆਪਾਂ ਚੱਲੇ ਇੱਥੋਂ। ਆਹ ਵਾਲੀ ਰਾਣੀ ਲੈ ਕੇ ਪਹਿਲਾਂ ਨਹੀਂ ਛੱਡੀ ਉਸੇ ਗੱਡੀ, ਇਹ ਲੈ ਕੇ ਚੱਲੇ ਹਾਂ ਰਾਜੂ ਕਟਾਰੀ ਹੈ। ਆਹ ਗੱਡੀ ਆਪਾਂ ਛੱਡੀ ਸੀ ਕੰਪਨੀ 'ਚ ਸਰਵਿਸ ਕਰਾਉਣ ਲਈ, ਇਹਦੀ ਸਰਵਿਸ ਹੋ ਗਈ ਸੀ ਤਾਂ ਆਹ ਗੱਡੀ ਲੈ ਕੇ ਚੱਲੇ ਹਾਂ। ਅਤੇ ਉਹ 94 ਵਾਲਾ ਭਾਈ ਸਾਡਾ ਬਾਅਦ ਆਊਗਾ ਸਰਵਿਸ ਕਰਾ ਕੇ, ਬਸ ਅੱਧੇ ਘੰਟੇ ਦਾ ਕੰਮ ਆ। ਆ ਜਾਓ ਭਾਈ ਸਿੱਧੇ ਉੱਥੇ ਨੂੰ, ਅਸਤਾਲ ਜੀ ਸਾਨੂੰ ਗੇਟ ਪਾਸ ਤੋਂ ਬਿਨਾਂ ਨਿਕਲ ਨਹੀਂ ਦਿੰਦੇ ਭਾਅ ਜੀ, ਸਾਨੂੰ ਜਾਣ ਨਹੀਂ ਦਿੰਦਾ ਭਾਅ ਜੀ, ਜਾਣ ਨਹੀਂ ਦਿੰਦਾ ਭਾਜੀ, ਸਾਨੂੰ ਜਾਣ ਨਹੀਂ ਦਿੰਦਾ ਭਾਜੀ, ਸਾਨੂੰ ਜਾਣ ਨਹੀਂ ਦਿੰਦਾ। ਕਲੋਲਾ ਕਰਨੀ ਆ ਭਾਜੀ, ਸਾਲ ਹੋ ਯਾਰ ਕਿਸੇ ਨੂੰ, ਠੀਕ ਨਹੀਂ ਲੈਵੇ 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 ਕਹਿੰਦੇ 10 ਮਿੰਟ ਲੱਗ ਜਾਣੇ। ਉਸਤਾਦ ਜੀ ਤੁਹਾਡੀ ਮਰੂਤੀ ਸਰਵਿਸ ਬਹੁਤ ਸਲੋਅ ਕਾਹਤੇ, ਇੰਨੀ ਸਲੋਅ ਕਾਹਤੇ ਆ, ਕਾਹਤੇ ਸਲੋਅ ਦੱਸੋ ਮੈਨੂੰ। ਇਹ ਮਰੂਤੀ ਸਲੋਅ ਚੱਲਦੀ, ਸਲੋਅ ਕਿਉਂ ਚੱਲਦੀ, ਅਪਗ੍ਰੇਡ ਕਰੋ ਨਾ ਸਰ, ਇਹਨਾਂ ਨੂੰ ਦੱਸੋ ਨਾ, ਯੂਟਿਊਬਰ ਆਏ ਆ, ਟੋਇਟਾ ਲਵਰ ਆਏ, ਇਹਨਾਂ ਨੂੰ ਦੱਸੋ ਨਾ। ਉਸਤਾਦ ਜੀ ਦੀ ਚੱਲਦੀ ਆ ਬਈ ਜੇ ਭਾਈ ਸਾਡੀ ਦੀ, ਇੱਦਾਂ ਫੁਆਰਾ ਮਰਵਾਤਾ ਗੱਡੀ, ਗੱਡੀ ਜ਼ਿਆਦਾ ਗੰਦੀ ਹੋਈ ਸੀ, ਉਹ ਕੱਲ੍ਹ ਦੀ ਛੱਡੀ ਸਰਵਿਸ ਕਰਾਉਣ ਲਈ, ਤਾਂ ਇੱਦਾਂ ਫੁਆਰਾ ਜਿਹਾ ਮਰਵਾਤਾ, ਉੱਪਰ ਪਾਣੀ ਇੱਦਾਂ ਮਰਵਾਤਾ। ਸਾਹ ਸਾਡੇ ਦੀ ਗੱਲ ਹੈਗੀ ਹੈ ਮਰੂਤੀ ਸੁਜ਼ੂਕੀ 'ਚ, ਵਿੱਕੀ ਦੇ ਕਹੇ 'ਤੇ, ਵਿੱਕੀ ਭਾਈ ਦੇ ਕਹੇ 'ਤੇ ਪਾਣੀ ਨਹੀਂ ਆਇਆ, ਰਾਜੂ ਭਾਈ ਦੇ ਕਹੇ 'ਤੇ ਪਾਣੀ ਆਇਆ, ਭਾਈ ਨੇ ਇੱਕ ਵਾਰ ਪਾਣੀ ਲਿਖਿਆ ਜਦੇ ਪਾਣੀ ਅਵੇਲੇਬਲ ਹੋ ਗਿਆ। ਦੂਜੀ ਬਣਾਉਂਦੇ ਆ ਭਾਜੀ, ਜਿਹੜੀ ਆਪਾਂ ਚੁੱਲ੍ਹੇ ਤੇ ਬਣਾਉਂਦੇ ਆ, ਗੈਸ ਤੇ ਬਣਾਉਂਦੇ ਆ, ਟੋਇਲਟ ਵਾਲੇ ਬਣਾਉਂਦੇ ਆ ਮਸ਼ੀਨੀ, ਟੋਇਲਟਾਂ ਦੀ ਮਤਲਬ ਇਹ ਆਹ ਮਰੂਤੀ ਸੁਜ਼ੂਕੀ ਦੀ ਵਧੀਆ ਗੱਲ ਪਤਾ ਭਾਈ, ਚਾਹ ਆਪਣੀ ਦੂਜੀ ਮਸ਼ੀਨੀ ਨਹੀਂ ਹੈਗੀ, ਚਾਹ ਦੂਜੀ ਬਣਾਉਂਦੇ ਇਹ, ਚੁੱਲ੍ਹੇ 'ਚ ਮਤਲਬ ਗੈਸ 'ਤੇ ਚਾਹ ਬਣਦੀ ਆ ਭਾਈ, ਚਾਹ ਇਹ ਮਸ਼ੀਨੀ ਨਹੀਂ ਹੈਗੀ। ਟੋਇਲਟਾਂ ਨੇ ਮੈਂ ਬਹੁਤ ਵਾਰ ਕਿਹਾ ਭਾਈ ਚਾਹ ਯਾਰ ਸਾਨੂੰ ਮਸ਼ੀਨੀ ਆਉਂਦੀ ਕਰੋ, ਚਾਹ ਦੇ ਆਪਾਂ ਸ਼ੌਕੀਨ ਆ, ਕਹਿੰਦੇ ਕੱਲਾਂ ਦੀ ਰਹਿੰਦੀ ਹੱਡੀ ਹੱਡੀ ਕੁੜੀਏ, ਚਾਹ ਬਿਨਾਂ ਚੱਲਦੀ ਨਾ ਗੱਡੀ ਕੁੜੀਏ, ਸਾਡੀ ਗੱਡੀ ਚਾਹ ਬਿਨਾਂ ਭਾਜੀ ਚੱਲਦੀ ਨਹੀਂ ਨਾ, ਸਾਜ ਨਹੀਂ ਚੱਲਦੀ। ਅਤੇ ਆਹ ਮਰੂਤੀ ਵਾਲਾ ਵਧੀਆ ਕੰਮ ਆ ਭਾਈ, ਚਾਹ ਆਪਣੀ ਗੈਸ ਵਾਲੀ ਆ, ਮਸ਼ੀਨੀ ਨਹੀਂ ਹੈਗੀ। ਏਅਰ ਫਿਲਟਰ ਹੀ ਆ ਜਾਂਦਾ, ਆਰਟੀਕਾ ਦਾ ਪਤਲਾ ਕਿੰਨਾ ਆ, ਏਅਰ ਫਿਲਟਰ ਹਰੇਕ ਗੱਡੀ ਦਾ ਅਲੱਗ ਹੀ ਹੁੰਦਾ ਨਾ ਭਾਜੀ, ਰਾਣੀ ਚੱਕਦੀ ਉੱਪਰ ਨੂੰ, ਬਸ ਤੇਲ ਫਿਲਟਰ ਹੀ ਆ, ਪਵਾ ਕੇ ਚਲੀਏ ਫਿਰ, ਮਤਲਬ ਬਰਾਤ ਦਾ ਟਾਈਮ ਹੋਇਆ ਵਾ। ਕਿੰਨੇ ਹਜ਼ਾਰ ਚੱਲੀ ਗੱਡੀ, 10,000 15,000 ਚੱਲੀ, 15 ਨਹੀਂ 15 ਚੱਲ ਗਈ ਤੇਲ ਗੱਡੀ, ਪਹਿਲੀ ਸਰਵਿਸ ਆ ਗੱਡੀ ਦੀ, ਤੇਲ ਮਾੜਾ ਵੀ ਨਹੀਂ ਕਾਲਾ ਹੋਇਆ, ਤੇਲ ਨਵਾਂ ਹੀ ਪਿਆ ਯਾਰ, ਫਰਕ ਆ। ਬਾਕੀ ਆਪਣੇ ਟੋਇਟਾ ਦਾ ਤੇਲ ਐਨ 10,000 ਤੇ ਕਾਲਾ ਕਰ ਜਾਂਦੀ ਹੈ, ਐਨ ਵਧੀਆ ਤੇਲ ਨਵਾਂ ਹੀ ਪਿਆ, ਪਹਿਲੀ ਸਰਵਿਸ ਆ, ਤੇਲ ਕਾਲਾ ਹੀ ਆ, ਸੋਰੀ ਕਾਲਾ ਨਹੀਂ ਤੇਲ ਨਵਾਂ ਹੀ ਆ, ਤੇਲ ਐਨ ਸਹੀ ਆ, ਸਾਫ਼ ਆ ਬਾਈ, ਉਹਨੇ ਕਹਿੰਦੇ ਪੈਟਰੋਲ ਗੱਡੀ ਦਾ ਤੇਲ ਕਾਲਾ ਹੁੰਦਾ ਹੀ ਨਹੀਂ, ਅਤੇ ਪੈਟਰੋਲ ਗੱਡੀ ਦਾ ਤੇਲ ਕਾਲਾ ਹੁੰਦਾ ਹੀ ਨਹੀਂ, ਲਾਲ ਹੋ ਜਾਂਦਾ ਹੈ। ਇਹ ਗੱਲ ਉਸਤਾਦ ਜੀ ਅੱਜ ਪਤਾ ਲੱਗੀ ਮੈਨੂੰ ਵੀ ਪੈਟਰੋਲ ਗੱਡੀ ਦਾ ਤੇਲ ਕਾਲਾ ਨਹੀਂ ਹੁੰਦਾ, ਕੁਛ ਨਾ ਕੁਛ, ਚਲੋ ਮਰੂਤੀ 'ਚ ਆਏ, ਕੁਛ ਨਾ ਕੁਛ ਤਾਂ ਪਤਾ ਲੱਗਿਆ। ਓਕੇ ਗੱਡੀ, ਓਕੇ ਰਿਪੋਰਟ ਸਰ, 2:42 ਅੱਜ ਉਸਤਾਦ ਨੇ ਆਈਆਂ ਪੂਰਾ ਦਿਨ, ਅੱਜ ਪਾਰਟੀ ਉਸਤਾਦ ਵਧੀਆ, 4 ਵਜੇ ਵਾਲੀ, 4 ਵਜੇ ਵਾਲੀ ਪਾਰਟੀ, ਹਾਂ ਜਸ਼ਨ ਕਰੇਂਗੇ, ਜਸ਼ਨ ਕਰੇਂਗੇ। ਰਾਣੀ ਸੁੰਦਰਾ ਪੂਰੀ ਚੱਕੀ ਵਾ, ਪੂਰਾ ਕੰਮ ਚੱਲ ਰਿਹਾ, ਚੈਕਿੰਗ। ਅੱਜ ਪਹਿਲੀ ਸਰਵਿਸ ਹੋਈ ਭਾਅ ਜੀ ਦੀ, ਪਹਿਲੀ ਸਰਵਿਸ ਹੋਈ ਰਾਣੀ ਸੁੰਦਰਾ ਦੀ ਅੱਜ। ਮੈਂ ਕਿਹਾ ਭਰਾਵਾਂ ਨੂੰ ਮਰੂਤੀ ਸੁਜ਼ੂਕੀ ਦਾ ਵੀ ਦੱਸੀਏ ਹਿਸਾਬ ਕਿਤਾਬ। ਮਰੂਤੀ ਸੁਜ਼ੂਕੀ ਲੈ ਵੇ ਮਿੱਤਰਾ, ਆਹ ਗੱਡੀ ਆਪਾਂ ਕੱਲ੍ਹ ਦੀ ਛੱਡੀ ਸੀ, ਇਹਦੀ ਸਰਵਿਸ ਹੋ ਗਈ ਆ, ਅਤੇ ਦੂਜੀ ਰਾਣੀ ਦੀ ਸਰਵਿਸ ਕਰਾਉਣ ਲੱਗੇ ਹਾਂ, ਅਤੇ ਇਹਦੀ ਹੋ ਗਈ ਆ, ਅਤੇ ਹੁਣ ਚੱਲੇ ਹਾਂ ਵਾਪਸ ਬਰਾਤ ਵਾਲੀ ਜਗ੍ਹਾ, ਉਹ ਤੋਂ ਬਰਾਤ ਚੱਕਣ ਦੀਆਂ ਟਾਈਮ ਉਹਨਾਂ ਦਾ ਵੀ ਹੋਇਆ ਵਾ, 4:30 ਹੋ ਗਏ ਆ, ਅਤੇ ਅੱਜ ਮਰੂਤੀ ਸੁਜ਼ੂਕੀ ਦਾ ਵਲੌਗ ਵੀ ਭਰਾਵਾਂ ਦਾ। ਲੈ ਵੇ ਮਿੱਤਰਾ, ਰਾਜੂ ਬਾਈ ਨੇ ਸਾਨੂੰ ਲਾਤਾ ਮੁੜ ਕੇ, ਇੱਥੇ ਆ ਗਏ ਫਿਰ ਮੁੜ ਕੇ ਪੈਲਸ 'ਚ ਕਮਿਊਨਿਟੀ ਹਾਲ, ਨਾਲੇ ਕਰਨਾ ਆਪਾਂ ਭਾਈ ਹੁਣ ਗੱਡੀ ਆਰਟਿਕਾ ਔਰ ਰੂਮੀਅਨ ਦਾ ਵਲੌਗ, ਅਤੇ ਬੰਦੇ ਸਾਡੇ ਖੜ੍ਹੇ ਸਾਹਮਣੇ, ਨਾਲੇ ਲੋਗੋ ਵੀ ਲਾਉਣਾ, 'ਚ ਲੋਗੋ ਵੀ ਲਾਇਆ ਹਲੇ, ਲੋਗੋ ਲਾਉਣਾ ਹਲੇ ਆਪਾਂ, ਲੋਗੋ ਭਾਅ ਜੀ ਆਪਣੀ ਗੱਡੀ ਦਾ। ਉਸਤਾਦ ਜੀ ਖੜ੍ਹੇ ਆ ਸਰ, ਉਸਤਾਦ ਬੰਦੇ ਸਾਡੇ ਖੜ੍ਹੇ ਆ ਸਾਰੇ, ਰੋਟੀ ਪਾਣੀ ਛੱਕ ਲਿਆ ਬੱਚਾ, ਕਿਹਾ ਰੋਟੀ ਪਾਣੀ, ਲੈ ਬੰਦਿਆਂ ਰੋਟੀ ਪਾਣੀ ਛਕਿਆ, ਮੈਂ ਸੋਚਿਆ ਰੋਟੀ ਪਾਣੀ ਛੱਕ ਲਿਆ ਸਾਡੇ ਜੱਸਾ ਬਾਈ। ਓਕੇ ਓਕੇ ਓਕੇ, ਠੀਕ ਹੈ ਠੀਕ ਹੈ ਓਕੇ, ਅਸੀਂ ਗੱਡੀਆਂ ਲੈ ਕੇ ਉਰੇ ਲਾਈਏ, ਨਾਲੇ ਉਹ ਗੱਡੀ 'ਚ ਲੋਗੋ ਲੈਣਾ, ਨਾਲੇ ਕਰੀਏ ਕਾਰਵਾਈ ਭਾਅ ਜੀ, ਲਿਆਓ ਕੱਢੋ ਫਿਰ 92:44। ਤਰਾ ਦੋਵੇਂ ਰਾਣੀਆਂ ਖੜੀਆਂ ਬਸ ਧੁੱਪੇ, ਬਾਕੀ ਸਾਰੀਆਂ ਛਾਵੇਂ ਖੜ ਗਈਆਂ, ਸਾਡੇ ਉਸਤਾਦ ਵਾਲੀ ਗੱਡੀ ਅਤੇ ਆਪਣੇ ਵਾਲੀ, ਅਤੇ ਬਾਕੀ ਸਾਰੀਆਂ ਛਾਵੇਂ ਖੜੀਆਂ ਹੋ ਜਾ ਗੱਡੀਆਂ, ਹੁਣ ਆਪਾਂ ਵੀ ਲਾਈਏ ਛਾਵੇਂ। ਲੋਗੋ ਪਏ ਸੀਗੇ, ਮੈਂ ਕਿਹਾ ਆਪਣੇ ਬਿੰਦਰੀ ਬਾਬੇ ਵਾਲੀ ਕਰੂਜ਼ ਆਈ ਹੋਊਗਾ, ਲੋਗੋ ਲਾ ਦੀ ਉਹਦੇ ਉੱਪਰ।
ਗਰਮ ਗੱਡੀ ਇੰਨੀ ਹੋਈ ਵੀ ਹੁਣ ਗੱਡੀ ਸ਼ਾਮੇ ਕੀਤੀ, ਅੱਗ ਲੱਗੀ ਪਈ ਸੀ ਗੱਡੀ ਦੇ ਵਿੱਚ, 4 ਵਜ ਗਏ, 4:30 ਹੋ ਗਏ, ਨਾਲੇ ਚਾਹ ਪਾਣੀ ਪੀਆ ਕੇ ਦਿਓ ਆਪਣੇ ਬਿੰਦਰੀ ਬਾਬੇ ਵਾਲੀ ਕਰੂਜ਼ ਆ, ਅਤੇ ਇਹਤੇ ਵੀ ਲਾ ਦਈਏ ਲੋਗੋ, ਇੱਥੇ ਸਹੀ ਲੱਗੂ ਕਿ ਉੱਪਰ ਸਹੀ ਲੱਗੂ, ਤਾਂ ਦੇਖਦੇ ਹਾਂ ਜਿੱਥੇ ਸੈੱਟ ਲੱਗਦਾ ਉੱਥੇ ਲਾ ਲੈਣਾ ਆਪਾਂ, ਮੈਂ ਤਾਂ ਇੱਥੇ ਵੀ ਸਹੀ ਲੱਗਣਾ। ਲੋਗੋ ਲੱਗ ਗਿਆ ਆਪਣੇ ਬਿੰਦਰੀ ਬਾਬੇ ਵਾਲੇ ਕਰੂਜ਼ 'ਤੇ, ਇਹਦੇ ਜਗ੍ਹਾ ਬਹੁਤ ਜ਼ਿਆਦਾ ਇੱਥੇ, ਕਿਉਂਕਿ ਥੱਲੇ ਬਲੈਕ ਸੀ ਨਾ, ਬਲੈਕ ਕਰਕੇ ਭਾਅ ਜੀ ਵਧੀਆ ਲੱਗਿਆ। ਤਾਂ ਹੁਣ ਸਬਸਕ੍ਰਾਈਬ ਕਰੀਏ ਮੇਰਾ ਭਰਾ, ਜਿਹੜੀ ਵੀ ਗੱਡੀ ਆਪਣੀ ਮਿਲਦੀ ਹੁੰਦੀ ਜਿੱਥੇ ਮਿਲਦੀ ਹੁੰਦੀ ਹੈ, ਤੁਸੀਂ ਕਰਤਾ ਸਬਸਕ੍ਰਾਈਬ ਭਾਅ ਜੀ, ਥੈਂਕ ਯੂ ਸੋ ਮਚ ਭਾਅ ਜੀ, ਹੋਰ ਵੀ ਕਰਵਾਈ ਹੈਗਾ ਆਪਣੇ ਬੰਦਿਆਂ ਤੋਂ। ਬਿਲਕੁਲ, ਆਪਾਂ ਆਪਣੇ ਗੱਡੀਆਂ ਆਪਣੇ ਡਰਾਈਵਰ ਭਰਾਵਾਂ ਦੇ ਬਲੌਗ ਪਾਈ ਦੇ, ਗੱਡੀਆਂ ਦੇ ਰਿਵਿਊ ਕਰੀਦੇ ਆ, ਆਪਣੇ ਡਰਾਈਵਰ ਭਰਾਵਾਂ ਨੂੰ ਆਪਾਂ ਹਾਈ ਲੈਵਲ ਤੱਕ ਲੈ ਕੇ ਜਾਣਾ, ਇਹ ਸੋਚ ਰੱਖੀ ਹੋਆ। ਬਿਲਕੁਲ ਬਿਲਕੁਲ ਭਾਅ ਜੀ, ਅਤੇ ਹੁਣ ਰੋਟੀ ਪਾਣੀ ਛਕਿਆ ਨਹੀਂ ਹਲੇ, ਪਹੁੰਚਾਉਂਦਾ ਪਾਣੀ ਹਲੇ ਨਹੀਂ ਗਏ ਨਹੀਂ ਅੰਦਰ ਨੂੰ। ਓਕੇ ਓਕੇ ਭਾਅ ਜੀ, ਅਤੇ ਸਾਡਾ ਜੱਸਾ ਬਾਈ ਗੁਲਪੁਰੀਆ ਪਹੁੰਚ ਗਿਆ, ਮੁੰਡਾ ਲਾੜੇ ਨੂੰ ਤਿਲ ਕਰਾਉਣ ਗਿਆ ਸੀਗਾ, ਲਾੜੇ ਨੂੰ ਸਾਡੇ ਬਾਈ ਨੂੰ। ਜੱਸਾ ਗੁਲਪੁਰੀਆ ਕਹਿੰਦੇ ਮੁੰਡੇ ਨੂੰ, ਜੱਸਾ ਗੁਲਪੁਰੀਆ। ਆਰਟੀਕਾ ਦੇਖੋ ਬਾਈ ਦੀ ਯਾਰ, ਕਿਵੇਂ ਦੀ ਲੱਗੀ ਦੱਸਿਓ, ਕਿੱਦਾਂ ਦੀ ਗੱਡੀ ਲੱਗੀ। ਮੈਨੂੰ ਨਾਲ ਜਾਣਾ ਚਾਹੀਦਾ, ਸ਼ਾਟ ਲੈਣੇ ਚਾਹੀਦੇ ਸੀ ਨਾ, ਚਾਹੀਦਾ ਸੀਗਾ ਭਾਈ। ਤੇ ਬਾਈ ਵਾਲੀ ਗੱਡੀ ਦੱਸਿਓ ਯਾਰ ਕਿਵੇਂ ਦੀ ਲੱਗੀ ਆ। ਸਹੀ ਗੱਲ, ਤੇ ਐਲ ਈ ਡੀਆਂ ਜਦੋਂ ਪੈ ਗਈਆਂ ਪਿੱਛੇ ਪੂਰੀਆਂ, ਉਦੋਂ ਹੋਰ ਜਗ੍ਹਾ ਵੱਧ ਜਾਣਾ ਭਾਈ, ਫਿਰ ਹੋਰ ਜਗ੍ਹਾ ਉਹ ਹੈਗੀ ਭਾਜੀ 10,000 ਦੀ ਆ। ਅੱਛਾ, ਇਹ 10,000 ਦੀ ਭਾਜੀ? ਹਾਂ, ਦੋਨੋਂ ਲਾਈਟਾਂ ਬੈਕ ਚੇਂਜ ਹੋਣੀਆਂ। ਓਕੇ ਓਕੇ, ਇੱਕ ਗ੍ਰਿਲ ਜਾਂ ਤਾਂ ਇਹਨੂੰ ਇੱਥੋਂ ਵੱਢਣਾ ਪੈਣਾ, ਹਾਂਜੀ ਹਾਂਜੀ, ਜਾਂ ਇਹ ਗ੍ਰਿਲ ਚੇਂਜ ਕਰ ਲਓ। ਓਕੇ, ਇਹਦੀ ਪੂਰੀ ਲਾਈਟ ਆ ਗਈ ਕ੍ਰਿਸਟਾ ਵਾਂਗੂ, ਪੂਰੀ ਫੁੱਲ ਲਾਈਟ ਆ ਗਈ। ਸਹੀ ਗੱਲ ਆ, ਇਹ ਤਾਂ ਕਾਫੀ ਟਾਈਮ ਦੀ ਆ ਗਈ, ਕਈ ਭਰਾਵਾਂ ਨੇ ਪਵਾਈਆਂ, ਬਹੁਤ ਮੁੰਡਿਆਂ ਨੇ ਪਵਾਈਆਂ ਵਾ, ਹਾਂਜੀ ਹਾਂਜੀ। ਤੇ ਬਾਕੀ ਯਾਰ ਉੱਥੇ ਪੰਨੂ ਦਾ ਬਲੌਗ ਕਰਨਾ ਕਿਸੇ ਨੇ ਜਾ ਕੇ, ਉਹਦਾ ਸਾਰੀ ਅਸੈਸਰੀ ਦਿਖਾਣੀ ਭਰਾਵਾਂ ਨੂੰ ਪੰਨੂ ਦੀ। ਹਾਂਜੀ, ਉੱਥੋਂ ਹੀ ਆ ਆਪਾਂ ਤਕਰੀਬਨ ਪੰਨੂ ਭਾਜੀ ਕੋਲੇ ਜਾਂਦੇ ਆ। ਹਾਂਜੀ ਹਾਂਜੀ, ਸੀਟ ਕਵਰ ਭਾਜੀ ਦੇ ਬਹੁਤ ਵਧੀਆ ਆ, ਲਾ ਜੋ ਸੀਟ ਕਵਰ ਔਰ ਮੈਟਿੰਗ। ਬਿਲਕੁਲ, ਜਿਹੜੀ ਹੁਣ ਕ੍ਰਿਸਟਾ ਆਪਾਂ ਲਿਆਂਦੀ ਭਾਜੀ, ਉਹਨੂੰ ਵੀ ਪੰਨੂ ਦੇ ਪਏ, ਉਹ ਬਹੁਤ ਸੋਹਣੇ ਸੀਟ ਕਵਰ ਆ। ਨਹੀਂ, ਮੈਂ ਡਿਜ਼ਾਇਰ ਨੂੰ ਪੰਨੂ ਦੇ ਪਾਏ ਆ। ਹਾਂਜੀ ਹਾਂਜੀ, ਮੈਨੂੰ ਹਰੀ ਕੋ ਪੁੱਛਦਾ ਭਾਜੀ, ਉਹਨੇ ਕਹਿੰਦੇ ਕਿੱਥੋਂ ਪਾਏ, ਮੈਂ ਪੰਨੂ ਕੋਲੋਂ। ਹਾਂਜੀ, ਇਹ ਗੱਡੀ ਦਾ ਜੇ ਸੀਟ ਕਵਰ ਨਹੀਂ ਪਾਏ, ਹਾਂਜੀ ਪਾਉਣੇ ਆ ਤਾਂ ਉਦੋਂ ਪਾਉਣੇ। ਓਕੇ, ਜਦੋਂ ਟਾਈਮ ਮਿਲਿਆ, ਜਿੱਦਣ ਕਿਤੇ ਗਏ ਨਾ ਭਾਜੀ, ਬਲੌਗ ਕਰਨਾ ਉਹਦਾ ਪੰਨੂ ਦਾ ਆਪਾਂ, ਇਹਨੂੰ ਲੈ ਕੇ ਚੱਲਾਂਗੇ ਰਾਣੀ ਨੂੰ। ਠੀਕ ਹੈ ਭਾਈ, ਨਾਲੇ ਥੋੜੀ ਜਿਹੀ ਜੇਬ ਢਿੱਲੀ ਕਰ ਆਵਾਂਗੇ, ਨਾਲੇ ਬਲੌਗ ਬਣਾ ਲਾਂਗੇ, ਨਾਲੇ ਬਲੌਗ ਕਰਾਂਗੇ, ਦੋਏ ਕੰਮ ਹੋ ਜਾਊ। ਬਿਲਕੁਲ ਬਿਲਕੁਲ, ਬਾਕੀ ਕੰਮ ਆਪਾਂ ਜਿਹੜਾ ਕਰੀਦਾ ਬਾਬੇ, ਉਹ ਸ਼ੌਂਕ ਨਾਲ ਕਰੀਦਾ। ਤੇ ਗੱਡੀਆਂ ਭਾਈ ਕਰ ਲਈਏ ਸਾਈਡ ਤੇ ਨੂੰ ਭਾਈ ਗੱਡੀਆਂ, ਤੇ ਲੈ ਵੇ ਮਿੱਤਰਾ ਪ੍ਰਸ਼ਾਦਾ ਪਾਣੀ ਭਾਈ ਛਕਣਾ, ਪ੍ਰਸ਼ਾਦਾ ਪਾਣੀ ਛਕਣਾ ਤੁਸੀਂ ਹੁਣ, ਪ੍ਰਸ਼ਾਦਾ ਪਾਣੀ ਛਕਣਾ, ਤੇ ਗੱਡੀ ਕੁਛ ਮਿੱਠਾ ਖਾ ਜਾਂਦੇ ਹੁਣ ਬਾਈ, ਗੱਡੀਆਂ ਸਾਈਡ ਤੇ ਕਰ ਲਈਏ ਪ੍ਰਸ਼ਾਦਾ ਪਾਣੀ, ਬਾਈ ਹੁਣੀ ਕਹਿੰਦੇ ਛਕਣਾ ਨਹੀਂ ਹੈਗਾ। ਲੈ ਵੇ ਮਿੱਤਰਾ ਜੱਸੇ ਬਾਈ ਨੇ ਗੱਡੀ ਕਰ ਲਈ ਹੈ ਬਾਹਰ ਨੂੰ, ਬਾਹਰ ਗੱਡੀਆਂ ਲਾ ਕੇ ਨਾ, ਕਹਿੰਦੇ ਕੁਛ ਮਿੱਠਾ ਮੁੱਠਾ ਖਾ ਖਾਈਏ, ਮੁੰਡਿਆਂ ਨੇ ਗੇਮ ਲਾਣੀ ਸੀ ਅੰਦਰ, ਤਾਂ ਕਰਕੇ ਰਾਣੀ ਸੁੰਦਰਾ ਕੱਢ ਦਈਏ ਬਾਹਰ ਨੂੰ ਆਪਾਂ, ਜਾਂਦੀ ਲਿਚ ਲਿਚ ਕਰਦੀ ਭਾਅ ਜੀ। ਹਾਂਜੀ ਹਾਂਜੀ, ਆਉਣ ਦਿਓ ਜੱਸੇ ਬਾਈ ਨੂੰ ਭਾਈ, ਚੱਲਦੇ ਇਕੱਠੇ, ਉਹਨੂੰ ਵੀ ਆ ਲੈਣ ਦਿਓ, ਜੱਸੇ ਨੂੰ ਆ ਲੈਣ ਦਿਓ, ਚੱਲਦੇ ਬਾਈ ਗੱਡੀ ਲਾਉਣ ਲੱਗੇ, ਗੱਡੀ ਲਾ ਕੇ ਉਹਨੂੰ ਲੈ ਚੱਲਦੇ ਨਾਲ ਇਕੱਠੇ। ਓਕੇ, ਲੱਗਦੀ ਰਿਪੋਰਟ ਭਾਈ, ਓਕੇ, ਫੀਲਿੰਗ ਆਉਂਦੀ ਪੂਰੀ, ਔਸਮ। ਡਰਾਈਵਰ ਭਰਾ ਜਿੰਦਾਬਾਦ, ਭਰਾ ਨੇ ਦਿਲ ਕੁਛ ਕਰਤਾ, ਦਿਲ ਕੁਛ ਕਰਤਾ, ਲਵ ਯੂ ਛੋਟਾ, ਲਵ ਯੂ ਲਵ ਯੂ ਲਵ ਯੂ ਲਵ ਯੂ ਲਵ ਯੂ ਭਰਾ, ਲਵ ਯੂ, ਦਿਲ ਕੁਛ ਕਰਤਾ, ਥੈਂਕ ਯੂ ਭਰਾ। ਲੈ ਵੇ ਮਿੱਤਰਾਂ ਗੱਡੀਆਂ ਜਾਣ ਲੱਗ ਪਈਆਂ, ਪਹਿਲੀ ਗੱਡੀ ਚੱਲੀ ਆ 6692, ਸਵਾਰੀਆਂ ਆਉਣ ਲੱਗ ਪਈਆਂ ਹੁਣ, ਗੱਡੀਆਂ ਭਰ ਭਰ ਕੇ ਜਾਣ ਲੱਗ ਪਈਆਂ। ਸਮਾਨ ਸਮੂਨ ਪੂਰਾ ਕੈਰੀ ਕਰਨਾ, ਲਾੜੇ ਦਾ ਸਮਾਨ ਜੋ ਵੀ ਇਹ ਚ ਹੁੰਦਾ ਆ, ਤੇ ਇੱਕ ਗੱਡੀ ਆ ਇਹ ਚ ਵੀ ਸਮਾਨ ਘਰਦਿਆਂ ਦਾ, ਇਹ ਪੂਰਾ ਸਾਡਾ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਦੋਵੇਂ ਗੱਡੀਆਂ ਦਾ, ਕਿਉਂਕਿ ਸਾਰਾ ਸਮਾਨ ਪਿਆ ਘਰਦਿਆਂ ਦਾ, ਇਹ ਚ ਵੀ ਸਮਾਨ ਪਿਆ, ਤੇ ਪੂਰਾ ਜ਼ਿੰਮੇਵਾਰੀ ਵਾਲਾ ਕੰਮ ਆ ਦੋਵੇਂ ਭਰਾਵਾਂ ਦਾ ਅੱਜ।
ਦਸਾਂ ਦਸਾਂ ਨੇ ਹਾਰ ਵੀ ਪਏ ਨੇ ਵਿੱਚ, ਦਸਾਂ ਦਸਾਂ ਨੇ ਹਾਰ ਵੀ ਪਏ ਜੀ। ਮੋਟੀਵੇਟ ਹੁੰਦਾ ਵੀ ਆਪਾਂ ਡਰਾਈਵਰ ਭਰਾਵਾਂ ਨੂੰ ਉੱਪਰ ਹਾਈ ਲੈਵਲ ਦੇ ਚੱਕਣਾ, ਹਾਈ ਲੈਵਲ 'ਤੇ ਲਿਜਾਣਾ ਆ, ਜਿਹੜੀ ਰੈਪੂਟੇਸ਼ਨ ਡਾਊਨ ਆਈ ਉਹ ਚੱਕਣੀ ਆ। ਸਵਾਰੀਆਂ ਤੁਰ ਪਈਆਂ, ਟ੍ਰਾਈਪੋਡ ਰੱਖੀਏ ਗੱਡੀ 'ਚ ਅਤੇ ਮਾੜੀ ਮੋਟੀ ਗੱਡੀ ਗਰਮ ਗੁਰਮ ਕਰੀਏ ਚੱਲੀਏ। ਫਿਰ ਤਿੰਨ ਚਾਰ ਗੱਡੀਆਂ ਚਿਰ ਗਈਆਂ ਅਤੇ ਬਾਈ ਕਹਿੰਦਾ ਸੀ ਮੈਨੂੰ, ਛੋਟਾ ਬਾਈ ਕਹਿੰਦਾ ਹਿਸਾਬ ਕਰਕੇ ਆਈ ਮੈਂ। ਓਕੇ ਸਰ, ਹਿਸਾਬ ਕਰਕੇ ਬਾਈ ਸਾਡੇ ਪਾਈਆਂ 300 ਵਾਟ, ਥੱਲੇ ਵਾਲੀ ਬੰਦ ਕਰਿਓ, 300 ਵਾਟ ਐਚ ਆਈ ਡੀਆਂ ਪਾਈਆਂ ਆਪਣੀ ਆਰਟਿਕਾ ਨੂੰ ਅਤੇ ਦੇਖਦੇ ਲਾਈਟ ਚੈੱਕ ਕਰਾਉਂਦੇ ਤੁਹਾਨੂੰ ਕਿਵੇਂ ਦੀ ਬਣੀ ਆ। ਮੈਂ ਕਿਹਾ ਵਿਹਲੇ ਵਿਹਲੇ ਕੋਈ ਨਾ ਕੋਈ ਪੰਗੇ ਲਈਏ, ਕੁਛ ਨਾ ਕੁਛ ਕਰੀਏ ਨਵਾਂ। ਅਤੇ ਉੱਪਰ ਵਾਲੀ ਭਾਈ ਇਕੱਲੀਆਂ ਉੱਪਰ ਵਾਲੀਆਂ ਚਲਾਇਓ ਅਤੇ ਆਹ ਲਾਈਟ ਆ 300 ਵਾਟ ਦੀ ਦੇਖੋ, ਉਹਦਾ ਲੋਹ 'ਤੇ ਕਰਿਓ ਤਾਂ ਭਾਈ, ਲੋਹ 'ਤੇ ਆਹ ਲੋਹ ਆ ਯਾਰ, ਹਾਈ ਕਰਿਓ ਆਹ ਹਾਈ ਆ, ਦੇਖ ਲਾਈਟ ਤਾਂ ਵਧੀਆ ਭਾਅ ਜੀ ਨਾ। ਆਹ ਬਾਈ ਨੇ ਥੱਲੇ ਲਵਾਈਆਂ ਲਾਈਟਾਂ ਯਾਰ, ਦੱਸਿਓ ਮੈਂ ਭਰਾ ਕਿਵੇਂ ਦੀ ਲੱਗੀਆਂ। ਆਹ ਥੱਲੇ ਵਾਲੀਆਂ ਇਕੱਲੀਆਂ ਚੱਲਦੀਆਂ, ਥੱਲੇ ਵਾਲੀ ਵੀ ਸੋਹਣੀਆਂ ਲਾਈਟਾਂ ਭਾਅ ਜੀ ਨਾ, ਕਿੰਨੀਆਂ ਥੱਲੇ 4 ਆ ਨਾ ਥੱਲੇ, ਪੀਲੀਆਂ ਵੀ ਹੁੰਦੀਆਂ, ਆਹ ਪੀਲੀ ਆ, ਉਹ ਚਿੱਟੀ ਆ ਧੁੰਦ 'ਚ ਪੀਲੀ ਜੈਲੋ। ਹਾਂਜੀ ਆਹ ਫੋਗ ਲੈਂਪ ਦੀ ਲਾਈਟ ਹੈ ਹੀ ਨਹੀਂ ਭਾਅ ਜੀ, ਭਾਅ ਇਕੱਲੀਆਂ ਫੋਗ ਵੀ ਜਗਦੀਆਂ, ਇਕੱਲੀਆਂ ਫੋਗ ਚਲਾਇਓ, ਆਹ ਇਕੱਲੀਆਂ ਫੋਗ ਆ, ਇਕੱਲੀਆਂ ਫੋਗ ਚਲਾਇਓ, ਇਕੱਲੀਆਂ ਚਲਾਇਓ, ਇਕੱਲੀਆਂ ਆਹ ਇਕੱਲੀਆਂ ਫੋਗ ਆ ਉਹਨਾਂ ਦੀ, ਮੈਂ ਕਹਿੰਦਾ ਜ਼ਿਆਦਾ ਭਾਈ ਮੇਰੀਆਂ ਵੀ 260 ਟਿਕ 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 ਕਰਦੀ ਆ, ਥੱਲੇ 4 ਲੱਗੀਆਂ ਉਹਦੀ ਵੀ ਵਧੀਆ ਭਾਈ, ਇੱਕ ਵਾਰ ਥੱਲੇ ਵਾਲੀ ਇਕੱਲੀਆਂ ਚਲਾਇਓ, ਫਿਰ ਇੱਕ ਵਾਰ ਜਿਹੜੀ 4 ਲਾਈਆਂ ਵਾ ਦੇਖੋ ਯਾਰ, ਬਾਕੀ ਬੰਦ ਕਰ ਦਿਓ, ਜਿਹੜੀਆਂ 4 ਲੱਗੀਆਂ ਚੈੱਕ ਕਰਿਓ ਮੇਰਾ ਭਰਾ, ਆਹਲੀਆਂ ਆਹ ਇਕੱਲੀਆਂ 4 ਹੈ ਨਾ, ਵੀ ਦੁਬਾਲਾ ਚਾੜਦੀਆਂ ਨਾ, ਪੂਰਾ ਦਿਨ ਚਾੜਦੀਆਂ, ਇਕੱਲੀਆਂ 4 ਆ ਅਤੇ ਧੁੰਦਾਂ 'ਚ ਆਪਾਂ ਪੀਲੀਆਂ ਪਾ ਸਕਦੇ, ਪੀਲੀਆਂ ਚਲਾ ਸਕਦੇ ਹਾਂ, ਅੱਖਾਂ 'ਚ ਪੈਂਦੀ ਨਹੀਂ ਭਾਜੀ, ਹਾਂ ਬਿਲਕੁਲ ਬਿਲਕੁਲ, ਆਹ ਵਧੀਆ ਅੱਖਾਂ 'ਚ ਵੀ ਨਹੀਂ ਪੈਂਦੀ, ਅੱਖਾਂ 'ਚ ਨਹੀਂ ਪੈ ਰਹੀ, ਇੱਥੋਂ ਪੈਂਦੀ, ਇੱਥੋਂ ਪੂਰੀ ਥੱਲੇ ਫੋਗ ਲੈਂਪ 'ਚ ਕਿੰਨੇ ਵਾਟ ਦੀਆਂ ਪਈਆਂ, 65 ਵਾਟ ਹੋ ਗਈਆਂ, ਫੋਗ ਵਿੱਚ 65 ਵਾਟ ਹੋ ਗਈਆਂ ਨੋਰਮਲ ਆ, ਤੇ ਉੱਪਰ 260 ਆ, ਜਿਹੜੀ ਤਾਕੀ ਖੋਲਣੀ ਆਪਣੇ ਆਪ ਆਰਟਿਕਾ ਸੀਟ ਉੱਚੀ ਨੀਵੀਂ ਹੁੰਦੀ ਭਾਜੀ, ਆਹ ਕਿਹਾ ਸੀਟ ਕਹਿੰਦਾ ਉੱਚੀ ਨੀਵੀਂ ਹੁੰਦੀ, ਸੀਟ ਉੱਚੀ ਨੀਵੀਂ ਹੁੰਦੀ ਨੀ ਇਹਦੀ, ਬਿਲਕੁਲ ਬਿਲਕੁਲ
ਹੁਣ ਜਿੱਦਾਂ ਆਪਣੇ ਕਈ ਬੰਦਿਆਂ ਨੇ ਭਾਈ ਇਨੋਵਾ ਚ ਫੋਰਚੂਨਰ ਲਈ ਪਾਈਆਂ, ਕ੍ਰਿਸਟਾ ਚ ਫੋਰਚੂਨਰ ਲਈ ਪਾਈਆਂ ਵਾ, ਉਦਾਂ ਆਪ ਪਵਾ ਲਵੇ ਨਹੀਂ ਇਹਦੇ ਵਿੱਚ ਵੀ ਕੋਈ ਆਪਸ਼ਨ ਹੋਣਾ ਆ? ਹਾਂਜੀ 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 ਹੋਊਗਾ ਭਾਈ। ਤੇ ਗੱਡੀ ਲੈ ਕੇ ਬਾਈ ਸਾਡੇ ਨੇ ਡੋਲੀਆਂ ਵੀ ਲਾਤੀ ਆ ਹਾਂਜੀ, ਇਹਦੀ ਵੀ ਮਾੜੀ ਪਾਰਕਿੰਗ ਕੋਲ ਲੈਟ ਜਗਾ ਦੋ। ਸਹੀ ਗੱਲ ਆ, ਆਪਣਾ ਬਿੰਦਰੀ ਬਾਬਾ ਸੋਤਾ ਮਹਿਤਾਬ। ਤੇ ਹੁਣ ਮੇਰਾ ਭਰਾ ਸਬਸਕ੍ਰਾਈਬ ਕਰੀਏ, ਉਹ ਜਿਹੜੇ ਭਰਾ ਦੇਖਦੇ ਹੁੰਦੇ ਆ ਗੱਡੀ ਆਪਣੀ ਕਿਤੇ ਦਿਖ ਨਹੀਂ ਹੁੰਦੀ, ਸਬਸਕ੍ਰਾਈਬ ਕਰੀਏ ਨਾਲੇ ਫੋਟੋ ਕੱਪਾ ਦਿਆ ਕਰੋ ਮੈਂਸ਼ਨ ਕਰਕੇ, ਤਾਂ ਮੈਨੂੰ ਖੁਸ਼ੀ ਹੋਊਗੀ ਮੇਰੇ ਭਰਾ ਮੈਨੂੰ ਪਿਆਰ ਕਰਦੇ ਆ। ਤੇ ਗੱਡੀਆਂ 'ਚ ਆਈ ਜਾਂਦੀਆਂ, ਬਸ ਗੱਡੀ ਮੇਰੇ ਲਈ ਰਹਿ ਗਈ ਇੱਕ ਲਾਸਟ, ਬਾਕੀ ਸਾਰੀਆਂ ਭਰ ਗਈਆਂ, ਉਹ ਵੀ ਭਰ ਗਈ। ਅਤੇ ਇੱਕ ਅਸਤਾਲ ਵਾਲੀ ਰਹਿ ਗਈ ਗੱਡੀ ਖਾਲੀ, ਅਤੇ ਇੱਕ ਆਪਣਾ ਨਹੀਂ ਰਹਿ ਗਈ 9545, ਬਾਕੀ ਸਾਰੀਆਂ ਭਰ ਗਈਆਂ। ਆਪਣਾ ਜੱਸਾ ਬਾਈ ਵੀ ਚੱਲਿਆ, ਅਤੇ ਆਪਣਾ ਰੌਣਕੀ ਆ ਭਰਾ ਜੱਸਾ, ਪੂਰਾ ਰੌਣਕੀ ਬੰਦਾ ਆ, ਅਤੇ ਅੱਜ ਮਿਲਿਆ ਵੀ ਬਹੁਤ ਟਾਈਮ ਬਾਅਦ ਸੀਗਾ। ਆਪਾਂ ਨਾ ਘੱਟੋ ਘੱਟ 2014 ਦੇ ਇਕੱਠੇ ਹਾਂ ਜੱਸੇ ਭਰਾ, 14 ਦੇ ਆਪਾਂ ਕੰਮ ਕਰਦੇ ਹਾਂ, ਵਾਪਸੀ ਕਰਨ ਲੱਗੇ ਹਾਂ। ਹੁਣ ਪੰਗਾ ਪਾਈ ਜਾਂਦੇ, ਕਹਿੰਦੇ ਇੱਕ ਗੱਡੀ ਕੁੜੀਆਂ ਦੇ ਘਰੋਂ ਤੋਰਨੀ ਹੈ ਡੋਲੀ, ਇੱਕ ਤਾਂ ਡੋਲੀ ਵਾਲੀ ਗੱਡੀ ਜਾਣੀ ਹੈ ਕੁੜੀਆਂ ਦੇ ਘਰ ਨੂੰ, ਅਤੇ ਇੱਕ ਗੱਡੀ ਕਹਿੰਦੇ ਹੋਰ ਜਾਣੀ ਨਾ। ਹੁਣ ਕਹਿੰਦੇ ਇੱਕ ਗੱਡੀ ਕੁੜੀਆਂ ਦੇ ਘਰ ਨੂੰ ਜਾਣੀ ਹੈ, ਗੱਡੀ ਮੇਰੇ ਵਾਲੀ ਲਾਸਟ ਰਹਿ ਗਈ ਅਤੇ ਬਾਕੀ ਸਾਰੀਆਂ ਭਰ ਗਈਆਂ, ਬਾਪਣੇ ਵਾਲੀ ਗੱਡੀ ਰਹਿ ਗਈ ਆ। ਹੁਣ ਦੇਖਦੇ ਕਿਹੜੀ ਗੱਡੀ ਜਾਂਦੀ ਕੁੜੀਆਂ ਦੇ ਘਰ ਨੂੰ, ਕਿਹਦਾ ਨੰਬਰ ਲੱਗਦਾ, ਮੈਂ ਜਾਂਦਾ ਜਾਂ ਕੋਈ ਹੋਰ ਗੱਡੀ ਜਾਂਦੀ ਹੈ। ਮਿੱਤਰਾਂ ਸਰਵਿਸ ਕਰਾ ਕੇ ਗੱਡੀ ਆ ਗਈ ਆ, ਅਤੇ ਆਹ ਗੱਡੀ ਹੁਣ ਭੇਜਣ ਲੱਗੇ ਆਪਾਂ, ਦੋ ਗੱਡੀਆਂ ਰੱਖ ਲੈਣੀਆਂ। ਉਹ ਕਹਿੰਦੇ ਕੁੜੀ ਵਾਲਿਆਂ ਨੇ ਘਰੋਂ ਤੋਰਨੀਆਂ, ਦੋ ਗੱਡੀਆਂ ਕੁੜੀ ਵਾਲਿਆਂ ਦੇ ਘਰ ਨੂੰ ਜਾਣੀਆਂ, ਦੋ ਗੱਡੀਆਂ, ਇੱਕ ਆਪਣਾ ਨਹੀਂ ਰੱਖ ਲਈ, ਮੈਂ ਇੱਕ ਰੱਖ ਲਈ ਵਿਜੇ ਬਾਈ ਵਾਲੀ ਆਰਟਿਕਾ, ਅਤੇ ਵਿਜੇ ਭਾਈ ਵਾਲੀ ਗੱਡੀ ਭਰ ਗਈ ਸੀ, ਉਹਦੇ ਬੰਦੇ ਲਾ ਕੇ ਇਹ 'ਚ ਬਿਠਾਉਣ ਲੱਗੇ ਆ, ਇਹ ਗੱਡੀ ਭੇਜਣ ਲੱਗੇ ਆ। 2942 ਨੰਬਰ ਆ ਗੱਡੀਆਂ, ਅਤੇ ਦੋਵੇਂ ਗੱਡੀਆਂ ਆਪਾਂ ਰੱਖ ਲਈਆਂ ਬੜੀਆਂ 7 ਸੀਟਾਂ। ਅਤੇ ਆਹ ਦੇਖੋ, ਆਹ ਵੀ ਆਪਣੀ ਗੱਡੀ 9944 ਆ, ਅਤੇ ਆਪਣੇ ਸਤਾਦ ਵਾਲੀ ਵਿਜੇ ਭਾਈ ਵਾਲੀ ਉਹ ਵੀ 9944 ਆ, ਸੇਮ ਨੰਬਰ ਲਿਓ ਦੋਵਾਂ ਨੇ, ਬਿਲਕੁਲ ਸੇਮ ਨੰਬਰ 9944 9944, ਇਹੀ ਦਾ ਫਰਕ ਆ। ਹੋ ਗਈ ਜੀ ਭਾਈ ਸਰਵਿਸ, ਓਕੇ ਹੋ ਗਈ ਰਿਪੋਰਟ, ਐਨ ਓਕੇ ਓਕੇ। ਮਰੂਤੀ ਆਪਣੀ ਜਗ੍ਹਾ ਸਹੀ ਆ, ਟੋਇਟਾ ਆਪਣੀ ਜਗ੍ਹਾ ਸਹੀ ਆ, ਦੋਵੇਂ ਗੱਡੀਆਂ ਵਧੀਆ ਆ। ਮਜ਼ਾਕ ਕਰਦੇ ਨੇ, ਸਾਡੀ ਨਾ ਮਜ਼ਾਕ ਕਰਨ ਦੀ ਆਦਤ ਆ, ਫਨ ਸ਼ਨ ਕਰਦੇ ਰਹੀਦਾ, ਇਹ ਆਪਣੀ ਗੱਡੀ ਸਹੀ ਆ ਤੇ ਉਹ ਆਪਣੀ ਜਗ੍ਹਾ। ਲੈ ਵੀ ਮਿੱਤਰਾਂ ਚੱਲਣ ਲੱਗਿਆ, ਗੱਡੀਆਂ ਜਾਣੀਆਂ ਕੁੜੀਆਂ ਦੇ ਘਰ ਨੂੰ, ਇੱਕ ਆਪਣੀ ਤੇ ਇੱਕ ਵਿਜੇ ਬਾਈ ਵਾਲੀ, ਦੋਏ। ਲੈ ਵੀ ਮਿੱਤਰੋ ਆ ਗਏ ਆ ਕੁੜੀ ਵਾਲੇ ਦੇ ਘਰੇ, ਇੱਥੇ ਤੇ ਸਾਹਮਣੇ ਆ ਗਏ ਮਲਵਈ ਗਿੱਧੇ ਵਾਲੇ, ਹੁਣ ਇਹੋ ਹੀ ਚੱਲਦੇ ਸਾਰੇ ਪਾਸੇ ਹਨਾ। ਇੱਥੋਂ ਕੁੜੀ ਤੋਰਨੀ ਆ, ਕਹਿੰਦੇ 3 ਗੱਡੀਆਂ ਆਈਆਂ ਆਪਣੀਆਂ, ਇੱਕ ਡੋਲੀ ਵਾਲੀ ਬਿੰਦਰੀ ਬਾਬੇ ਵਾਲੀ, ਇੱਕ ਆਪਣੇ ਉਸਤਾਦ ਵਿਜੇ ਬਾਈ ਵਾਲੀ, ਇੱਕ ਆਪਣੇ ਵਾਲੀ, ਬਾਕੀ ਸਾਰੀਆਂ ਪਹੁੰਚ ਗਈਆਂ ਪਿੰਡ, ਆਪਾਂ 3 ਰਹਿ ਗਏ ਇੱਧਰ ਰਾਹਾਂ 'ਚ ਭਟਕ ਗਏ। ਅਤੇ ਕਈ ਨਾ ਯਾਰ ਬੰਦੇ ਨੈਗੇਟਿਵ ਕਮੈਂਟ ਕਰਦੇ, ਗਲਤ ਕਮੈਂਟ ਕਰਦੇ ਆ, ਕਮੈਂਟ ਤੁਸੀਂ ਪੜ੍ਹ ਲਿਓ, ਮੈਂ ਵਿੱਚ ਲਾਊਂਗਾ ਸਕਰੀਨਸ਼ੋਟ। ਅਤੇ ਮੈਂ ਇਹਦੀ ਯਾਰ ਮੇਰੀ ਆਦਤ ਆ ਬਾਬੇ, ਮੈਂ ਕਿਸੇ ਦਾ ਵੀ ਰਿਪਲਾਈ ਨਹੀਂ ਕਰਦਾ ਉਹਨਾਂ ਨਾਲ ਜਿਹੜੇ ਗਲਤ ਕਮੈਂਟ ਕਰਦੇ ਆ, ਮੈਂ ਰਿਪਲਾਈ ਨਹੀਂ ਕਰਦਾ, ਕਿਉਂਕਿ ਆਪਾਂ ਨੂੰ 90% ਜਿਹੜੇ ਭਰਾ ਆ ਆਪਣੇ ਨਾਲ ਭਰਾ ਜੁੜੇ, ਉਹ ਨਾ ਦਿਲੋਂ ਜੁੜੇ ਹੋ ਡਰਾਈਵਰ। ਮੇਰਾ ਯਾਰ ਏਮ ਆ ਵੀ ਆਪਣੇ ਡਰਾਈਵਰ ਭਰਾਵਾਂ ਨੂੰ ਹਾਈ ਲੈਵਲ 'ਤੇ ਕਰਨਾ, ਚੱਕਣਾ ਆ, ਫਿਰ ਟ੍ਰੈਂਡਿੰਗ 'ਚ ਲਿਆਉਣਾ ਆਪਣੇ ਜਿਹੜੇ 1-2 ਬੰਦੇ, ਸਾਰੇ ਜਿਹੜੇ 5 ਉਂਗਲ ਇੱਕੋ ਜਿਹੇ ਨਹੀਂ ਹੁੰਦੀਆਂ ਹੈ ਨਾ, 1-2 ਬੰਦੇ ਗਲਤ ਹੁੰਦੇ ਸਾਰੇ ਬਦਨਾਮ ਹੋ ਜਾਂਦੇ ਆ। ਤਾਂ ਮੇਰਾ ਤਾਂ ਬਸ ਇਹੋ ਹੀ ਏਮ ਆ ਵੀ ਆਪਣੇ ਡਰਾਈਵਰ ਭਰਾਵਾਂ ਨੂੰ ਉੱਪਰ ਹਾਈ ਲੈਵਲ 'ਤੇ ਲੈ ਕੇ ਜਾਣਾ ਹੈ ਨਾ, ਗੱਲਬਾਤ ਬਣਾਉਣੀ ਐਨ ਵਧੀਆ। ਅਤੇ ਆਪਾਂ ਜਿਹੜਾ ਮੈਂ ਚੈਨਲ ਬਣਾਇਆ ਵਾ ਡੇਲੀ ਬੇਸ 'ਤੇ ਆਪਣੀ ਲਾਈਫ ਦਾ ਬਣਾਇਆ ਵਾ, ਨਾ ਯਾਰ ਆਪਾਂ ਕਿਸੇ ਨੂੰ ਗਲਤ ਕਹਿੰਦੇ ਹਾਂ ਨਾ ਕਹਾਣੇ ਆ। ਅਤੇ ਕਮੈਂਟ ਤੁਸੀਂ ਪੜ੍ਹ ਲਿਓ, ਮੈਂ ਵਿੱਚ ਲਾਊਂਗਾ। ਅਤੇ ਫਿਰ ਵੀ ਜੇ ਕਿਤੇ ਜ਼ਿਆਦਾ ਮੂਡ ਮਾਡ ਖਰਾਬ ਹੋਵੇ ਨਾ, ਫਿਰ ਮੈਂ ਰਿਪਲਾਈ ਕਰਦਾ ਉਹਨਾਂ, ਪਹਿਲੀ ਗੱਲ ਤਾਂ ਰਿਪਲਾਈ ਕਰ ਦੇਣੀ, ਕਿਉਂਕਿ ਉਹਨਾਂ ਦਾ ਆਪਣਾ ਦਿਮਾਗ ਆ, ਮੇਰਾ ਆਪਣਾ ਦਿਮਾਗ ਆ, ਉਹਨਾਂ ਦੇ ਕਮੈਂਟ ਕਰਨਾ ਜਾਂ ਗਲਤ ਕਹਿਣਾ ਮੈਂ ਗਲਤ ਨਹੀਂ ਹੋ ਜਾਣਾ। 90% ਭਰਾ ਆਪਾਂ ਨੂੰ ਪਿਆਰ ਕਰਦੇ, 99% ਭਰਾ ਆਪਾਂ ਨੂੰ ਪਿਆਰ ਕਰਦੇ ਆ, ਵਧੀਆ ਕਮੈਂਟ ਕਰਦੇ ਆ, ਦਿਲੋਂ ਰਿਸਪੈਕਟ ਆ ਉਹਨਾਂ ਦੀ ਯਾਰ, ਦਿਲੋਂ ਲਵ ਯੂ ਆ ਯਾਰ, ਦਿਲੋਂ ਬਾਬਿਓ ਹੈ ਤੁਹਾਡਾ ਆਸਾਨ ਮਿੱਤੇ ਨਾ। ਅਤੇ 100 ਚੋਂ 1% ਗਲਤ ਕਮੈਂਟ ਕਰਦੇ ਹੋ, ਤੁਸੀਂ ਪੜ੍ਹ ਲਿਓ ਕਿਆ ਗਲਤ ਕਮੈਂਟ ਕਰਦੇ, ਪਰ ਫਿਰ ਵੀ ਮੈਂ ਕਿਸੇ ਰਿਪਲਾਈ ਨਹੀਂ ਕੀਤਾ, ਉਹਨਾਂ ਦੀ ਉਹਨਾਂ ਦਾ ਦਿਮਾਗ ਆ, ਉਹਨਾਂ ਦੀ ਸੋਚ ਆ, ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਹੈ ਨਾ। ਅਤੇ ਬਾਈ ਕਹਿੰਦਾ ਸੀ ਫੋਨ ਲੈ ਲਾ ਵਧੀਆ ਫੋਨ, ਬਾਈ ਯਾਰ ਲੈ ਦੇ ਹੈ ਨਾ, ਲੈ ਦੇ ਮੇਰਾ ਭਰਾ,
ਕਿਉਂਕਿ ਤੁਸੀਂ ਯਾਰ ਫਰੀ ਦੇ ਫੋਨ ਲਏ ਹੋਣੇ ਆ, ਤੁਹਾਨੂੰ ਕਿਸੇ ਨੇ ਭੇਜਤੇ ਹੋਣੇ ਆ ਜੇ ਤੁਹਾਡੇ ਮਾਂ ਪਿਓ ਦੇ ਲੈਤੇ ਹੋਣੇ, ਅਸੀਂ ਤਾਂ ਉਹੀ ਕਮਾਉਣਾ ਉਹੀ ਖਾਣਾ, ਆਪ ਕਮਾ ਕੇ ਆਪਣੀ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ, ਆਪਣੀ ਮਿਹਨਤ ਨਾਲ ਫੋਨ ਲਏ ਆ। ਜਿਹੜਾ ਵੀ ਅੱਜ ਐਂਡਰਾਇਡ ਤੋਂ ਮੈਂ ਸਟਾਰਟ ਕੀਤਾ, ਐਂਡਰਾਇਡ ਵਰਤਿਆ ਇੱਕ ਸਾਲ, ਫਿਰ ਸੈਮਸੰਗ ਲਿਆ, ਉਹ ਵੀ ਐਂਡਰਾਇਡ ਸੀਗਾ, ਹੁਣ ਆਈਫੋਨ ਦੋ ਸਾਲ ਡੇਢ ਦੋ ਸਾਲ ਹੋ ਗਿਆ ਆਈਫੋਨ ਲਿਆ ਵਾ ਨਾ, ਤਾਂ ਇਹਤੋਂ ਅੱਗੇ ਗਾਹਾਂ ਜਾਊਂਗੇ। ਤਾਂ ਮਿਹਨਤ ਕਰਦੇ ਹਾਂ ਯਾਰ, ਕਿਸੇ ਨੂੰ ਗਲਤ ਤਾਂ ਕਹਿੰਦੇ ਨਹੀਂ ਹੈ ਨਾ, ਹੱਕ ਹਲਾਲ ਦੀ ਖਾਂਦੇ ਹਾਂ। ਆਪਣੇ ਬੀਜੇ ਬਾਈ ਉਸਤਾਦ ਜੀ ਵੀ ਆਪਣੇ ਨਾਲ ਆਏ ਹੋ ਆ। ਉਸਤਾਦ ਜੀ ਤੁਸੀਂ ਕਿੱਧਰ ਰਹਿ ਗਏ? ਗੱਡੀ 'ਚ ਬੈਠੇ, ਮੈਂ ਉੱਧਰ ਇਕੱਲੇ ਨੇ ਗੱਡੀ ਲਾਈ, ਉਹ ਗਲੀ 'ਚ ਗੱਡੀ ਲਾ ਕੇ ਬੈਠਾ ਇਕੱਲਾ ਗਲੀ 'ਚ। ਉਹ ਮੋਰੇ ਟਰਾਲੀ ਆ ਗਈ ਸੀ, ਮੈਂ ਗਲੀ 'ਚ ਨੂੰ ਗੱਡੀ ਪਾੜਤੀ। ਓਕੇ, ਕੀ ਕਰਨਾ ਹੈਗਾ ਆ? ਤੇ ਬੰਦੇ ਨਾ ਖਾਲੀ ਗੱਡੀ ਲਿਆਏ ਸਾਹਿਬ ਵੀ ਨਾਲ, ਕਹਿੰਦੇ ਇੱਧਰੋਂ ਦੋ ਤਿੰਨ ਬੰਦੇ ਵੱਜ ਜਾਣੇ, ਕੋਈ ਚੱਕਰ ਨਹੀਂ ਲਿਆ, ਚਲੋ ਆਪਾਂ ਕਿਹਾ ਚਲੋ ਕੋਈ ਨਹੀਂ, ਸਾਡੇ ਤਾਂ ਪੈਸੇ ਪੈਂਦੇ, ਆਪਾਂ ਲੈ ਜਾਣੀਆਂ ਦੋਏ। ਹੈਲੋ ਹੈਲੋ ਹੈਲੋ, ਸੋਹਣਾ ਯਾਰ ਕੁੱਤਾ, ਕਿੰਨੇ ਮਹੀਨੇ ਦਾ? ਸੋਹਣਾ ਕੁੱਤੀ ਆ। ਓਕੇ, ਫੀਮਰ ਆ, ਕਿੰਨੀ ਕੁਈਟ ਆ ਯਾਰ, ਦੇਖਿਓ ਪਿਓਰ ਆ ਨਾ, ਵਧੀਆ ਯਾਰ, ਦੇਖਿਓ ਕਿੰਨੀ ਕੁਈਟ। ਨਾਮ ਕਿਆ ਵੀ ਇਹਦਾ? ਕਿਆ? ਨੂਰੀ। ਹੈਲੋ ਨੂਰੀ, ਨੂਰੀ ਨੂਰੀ ਨੂਰੀ। ਹੁਣ ਮੇਰਾ ਇਹਨੂੰ ਦੇਖੋ, ਜੇ ਮੈਂ ਘਰ ਜਾਣਾ ਕਿੱਦਾਂ ਕੱਪੜੇ ਸੁੰਘਣੇ, ਉਹਨੇ ਕਿੱਦਾਂ ਕਰਨਾ, ਅਤੇ ਕਿਸੇ ਕੁੱਤੇ ਨੂੰ ਮਿਲ ਕੇ ਆਇਆ ਨਾ ਕਹਿਣਾ ਅੱਜ। ਸੋਹਣੀ ਯਾਰ ਬਾਈ ਕੁੱਤੀ ਤੁਹਾਡੀ ਨੂਰੀ। ਹੈਲੋ ਨੂਰੀ, ਹੈਲੋ ਹੈਲੋ। ਅਤੇ ਇੱਕ ਮੇਰਾ ਅੰਮ੍ਰਿਤ ਭਰਾ ਆ ਅੰਮ੍ਰਿਤ, ਉਹਦੇ ਬਹੁਤ ਸੋਹਣੇ ਸੋਹਣੇ ਕਮੈਂਟ ਹੁੰਦੇ ਯਾਰ। ਥੈਂਕ ਯੂ ਵੀਰੇ, ਮੇਰਾ ਭਰਾ ਚਾਰ ਚਾਰ ਪੰਜ ਪੰਜ ਕਮੈਂਟ ਛੱਡਦਾ, ਮੇਰਾ ਭਰਾ ਉਹ ਬਹੁਤ ਸਪੋਰਟ ਕਰਦਾ ਆਪਾਂ ਨੂੰ ਅੰਮ੍ਰਿਤ, ਥੈਂਕ ਯੂ ਵੀਰੇ। ਲੈ ਵੀ ਮੇਰੇ ਵੀਰਿਓ, ਅਤੇ ਮੈਂ ਕਮੈਂਟ ਆਪਣੇ ਭਰਾ ਜਿਹੜੇ ਮੇਰੇ ਭਰਾ ਕਮੈਂਟ ਕਰ ਦੇਣਾ, ਵਧੀਆ 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 ਜਿਹੜੇ ਮੇਰੇ ਭਰਾ ਕਮੈਂਟ ਕਰਦੇ, ਦਿਲੋਂ ਧੰਨਵਾਦ ਯਾਰ, ਦਿਲੋਂ ਥੈਂਕ ਯੂ। ਇੱਕ ਮੇਰਾ ਭਰਾ ਰੋਹਿਤ ਰੋਹਿਤ ਸ਼ਰਮਾ, ਦਿਲੋਂ ਥੈਂਕ ਯੂ ਮੇਰਾ ਭਰਾ, ਇਹ ਬਹੁਤ ਸੋਹਣੇ ਕਮੈਂਟ ਹੁੰਦੇ। ਇੱਕ ਜਤਿੰਦਰ ਸਿੰਘ ਆ ਕੋਈ ਮੇਰਾ ਭਰਾ, ਉਹਦੇ ਬਹੁਤ ਸੋਹਣੇ ਕਮੈਂਟ ਹੁੰਦੇ ਯਾਰ, ਅਤੇ ਆਪਣਾ ਮਾਨ ਸਾਹਿਬ, ਥੈਂਕ ਯੂ ਯਾਰ, ਅਤੇ ਇੱਕ ਜਤਿੰਦਰ ਹੋ ਗਿਆ, ਇੱਕ ਗਗਨਦੀਪ, ਗਗਨਦੀਪ ਵੀਰਾ ਕਹਿੰਦਾ ਡਰਾਈਵਰ ਮਹਿਕਮਾ ਜਿੰਦਾਬਾਦ, ਜਿੰਦਾਬਾਦ ਵੀਰੇ। ਆਪਾਂ ਪੂਰੇ ਡਰਾਈਵਰ ਹਾਈ ਲੈਵਲ 'ਤੇ ਲੈ ਕੇ ਜਾਣੇ, ਆਪਣੇ ਭਰਾ ਪੂਰੇ ਚੱਕਣੇ ਐਨ, ਜਿਹੜੀ ਰੈਪੂਟੇਸ਼ਨ ਡਾਊਨ ਹੋਈ ਆਪਣੇ ਡਰਾਈਵਰ ਭਰਾ ਆਉਂਦੇ ਨੇ, ਪੰਜੇ ਉਂਗਲੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਇੱਕ ਦੋ ਖਰਾਬ ਉਂਗਲੀਆਂ ਤੁਹਾਨੂੰ ਪਤਾ ਸਾਰੇ ਇੱਕੋ ਰਤੀ 'ਚ ਪੈ ਜਾਂਦੇ, ਇੱਕ ਦੋ ਬੰਦੇ ਖਰਾਬ ਹੁੰਦੇ ਤਾਂ ਸਾਰੇ ਯਾਰ ਪੰਜੇ ਉਂਗਲੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਸਾਰੇ ਡਰਾਈਵਰ ਮਾੜੇ ਨਹੀਂ ਹੁੰਦੇ। ਅਤੇ ਗਗਨਦੀਪ ਮੇਰਾ ਭਰਾ ਕਹਿੰਦਾ ਡਰਾਈਵਰ ਮਹਿਕਮਾ ਜਿੰਦਾਬਾਦ, ਜਿੰਦਾਬਾਦ ਵੀਰੇ, ਲਵ ਯੂ ਵੀਰੇ। ਅਤੇ ਇੱਕ ਮੇਰਾ ਭਰਾ ਹੈਗਾ ਇੱਥੇ, ਹਾਂ ਅੰਮ੍ਰਿਤ, ਇੱਕ ਅੰਮ੍ਰਿਤ ਮੇਰਾ ਭਰਾ ਬਹੁਤ ਸੋਹਣੇ ਸੋਹਣੇ ਕਮੈਂਟ ਕਰਦਾ, ਪੰਜ ਪੰਜ ਛੇ ਛੇ ਕਮੈਂਟ ਕਰਦਾ, ਥੈਂਕ ਯੂ ਅੰਮ੍ਰਿਤ ਭਰਾ। ਅਤੇ ਇੱਕ ਮੇਰਾ ਭਰਾ ਹੈਗਾ ਵਿਵੇਕ ਮਾਛੀ, ਥੈਂਕ ਯੂ ਵੀਰੇ। ਇੱਕ ਗੁਰਜੀਤ ਭੰਗੂ ਆ ਮੇਰਾ ਭਰਾ, ਦਿਲੋਂ ਦਿਲੋਂ ਲਵ ਯੂ ਮੇਰੇ ਜਾਨ, ਦਿਲੋਂ ਲਵ ਯੂ, ਇੰਨਾ ਤੁਸੀਂ ਪਿਆਰ ਕਰਦੇ ਆ। ਅਤੇ ਇੱਕ ਮੇਰਾ ਭਰਾ ਬੂਟਾ ਸਿੰਘ ਆ, ਬੂਟਾ ਸਿੰਘ ਨਾ ਯਾਰ ਪਤਾ ਨਹੀਂ ਕਿਆ ਦੁਸ਼ਮਣੀ ਆ, ਪਤਾ ਨਹੀਂ ਜੈਲਸੀ ਆ, ਪਤਾ ਨਹੀਂ ਕਿਆ ਆ, ਬੂਟਾ ਸਿੰਘ ਪਤਾ ਨਹੀਂ ਕਿਉਂ ਆਪਾਂ ਨੂੰ ਯਾਰ, ਆਪਾਂ ਵੀਰੇ ਕੋਈ ਆਪਣੇ 'ਚ ਫੁਕਰੀ ਨਹੀਂ ਹੈਗੀ, ਜੋ ਆਪਾਂ ਕਰਦੇ ਹਾਂ ਤੁਹਾਨੂੰ ਰਿਐਲਿਟੀ ਦਿਖਾਈ ਦੀ ਆ। ਬੂਟਾ ਬਾਈ, ਮੈਂ ਨਾ ਮੇਰੀ ਆਦਤ ਆ, ਮੈਂ ਇੱਕ ਗੱਲ ਪੰਜ ਪੰਜ ਛੇ ਛੇ ਵਾਰ ਕਹਿੰਦਾ ਹੁੰਦਾ। ਬੂਟਾ ਬਾਈ ਕਹਿੰਦਾ ਮੈਂ ਨਾ ਗੱਡੀ ਦਾ ਉਹ ਕਹਿਤਾ ਸੀ, ਮੈਂ ਗੱਡੀ ਕ੍ਰਿਸਟਲ ਆਪਾਂ ਲਿਆਂਦੀ ਸੀ ਜਾਂ ਸੀ, ਮੈਂ ਕੈਮਰੇ ਨਾਲ ਜਸਟੀਫਾਈ ਨਹੀਂ ਕਰਦਾ। ਤਾਂ ਬੂਟਾ ਭਰਾ ਕਹਿੰਦਾ ਫੋਨ ਕੋਈ ਚੱਜਦਾ ਲੈ ਲਓ, ਚੱਜਦਾ ਲੈ ਲਓ। ਤਾਂ ਵੀਰੇ ਪਹਿਲੀ ਗੱਲ ਤਾਂ ਇਹ ਆ ਵੀ ਤੇਰਾ ਥੈਂਕ ਯੂ ਦੱਸਣ ਲਈ ਮੇਰਾ ਭਰਾ, ਜੇ ਤੂੰ ਫੋਨ ਤੂੰ ਲੈ ਦੇਵੇਂ ਮੈਨੂੰ ਨਾ ਤਾਂ ਤੇਰਾ ਬਹੁਤ ਜ਼ਿਆਦਾ ਧੰਨਵਾਦ ਆ, ਫਿਰ ਵੀ ਮੈਨੂੰ ਗੁੱਸਾ ਕੋਈ ਨਹੀਂ ਕਰਨਾ, ਤੂੰ ਇੰਨਾ ਕਮੈਂਟ ਕੀਤਾ, ਮੈਂ ਰਿਪਲਾਈ ਕਿਸੇ ਦੀ ਕਰਦਾ ਨਹੀਂ ਹੁੰਦਾ, ਚੱਲ ਜੋ ਵੀ ਆ ਗਿਆ ਦਿਮਾਗ ਹੈ ਨਾ, ਜੋ ਵੀ ਦਿਮਾਗ ਆ ਤੇਰਾ ਦਿਮਾਗ ਸੀ ਮੇਰਾ ਭਰਾ। ਅਤੇ ਬੂਟਾ ਮੇਰਾ ਭਰਾ ਕਹਿੰਦਾ ਮੈਨੂੰ, ਕਹਿੰਦਾ ਵੀਰੇ ਫੋਨ ਮੈਂ ਨਾ ਮੇਰੀ ਇੱਕ ਮੇਰੀ ਆਦਤ ਆ ਵੀ ਮੈਂ ਇੱਕ ਗੱਲ ਚਾਰ ਚਾਰ ਪੰਜ ਪੰਜ ਵਾਰੀ ਯਾਰ ਕਹਿੰਦਾ ਹੁੰਦਾ, ਸਾਰੇ ਭਰਾਵਾਂ ਨੂੰ ਪਤਾ ਵੀ ਜਿਹੜਾ ਆਪਾਂ ਭਰਾ ਦੇਖਦੇ ਆ, 99% ਭਰਾਵਾਂ ਦੇ ਬਹੁਤ ਸੋਹਣੇ ਕਮੈਂਟ ਹੁੰਦੇ, 99% ਭਰਾਵਾਂ ਦੇ ਬਹੁਤ ਘੈਂਟ ਘੈਂਟ ਕਮੈਂਟ ਹੁੰਦੇ, ਥੈਂਕ ਯੂ ਜਾਨ। ਅਤੇ ਇੱਕ ਮੇਰਾ ਭਰਾ ਬੂਟਾ ਸਿੰਘ ਆ, ਦੋ ਚਾਰ ਹੋਰ ਆ ਮੈਂ ਵਿੱਚ ਲਾਊਂਗਾ ਕਮੈਂਟ, ਸਕਰੀਨਸ਼ੋਟ ਲਾ ਕੇ ਤੁਸੀਂ ਦੇਖਿਓ। ਮੈਂ ਵਾਰ ਵਾਰ ਕਿਉਂ ਗੱਲ, ਮੈਨੂੰ ਆਦਤ ਆ ਯਾਰ, ਮੈਂ ਇੱਕ ਗੱਲ ਵਾਰ ਵਾਰ ਕਹਿੰਦਾ ਰਹਿੰਦਾ ਹਾਂ, ਅਤੇ ਅੱਜ ਤੱਕ ਕਿਸੇ ਭਰਾ ਨੇ ਮੈਨੂੰ ਕਿਹਾ ਵੀ ਨਹੀਂ। ਇੱਕ ਬੂਟਾ ਸਿੰਘ ਆ, ਅਤੇ ਉਹ ਵੀਰਾ ਕਹਿੰਦਾ ਮੈਂ ਨਾ ਗੱਡੀ ਕ੍ਰਿਸਟਾ ਗੱਡੀ ਯਾਸੀ ਕ੍ਰਿਸਟਾ ਲਿਆਂਦੀ, ਕੰਪਾਊਂਡ ਕੰਪਾਊਂਡ ਗੱਡੀ ਹੋਈ ਸੀ, ਬਹੁਤ ਸੋਹਣੀ ਗੱਡੀ ਲੱਗਦੀ ਸੀ, ਜਾਣੀ ਫੋਨ 'ਚ ਇੰਨੀ ਕੈਪਚਰ ਨਹੀਂ ਹੁੰਦੀ ਸੀ ਜਿੰਨੀ ਵਧੀਆ ਗੱਡੀ ਲੱਗਦੀ ਸੀ। ਤਾਂ ਮੈਂ ਕਿਹਾ, ਮੈਂ ਕਿਹਾ ਕੈਮਰਾ ਨਾਲ ਜਸਟੀਫਾਈ ਨਹੀਂ ਕਰਦਾ। ਤਾਂ ਬੂਟੇ ਭਰਾ ਨੇ ਗੱਲ ਚੱਕ ਲਈ, ਕਹਿੰਦਾ ਕੈਮਰਾ ਕੋਲ ਵਧੀਆ ਲੈ ਲਾ। ਬੂਟੇ ਵੀਰੇ ਆਪਾਂ ਕਰਦੇ ਹਾਂ ਹੱਕ ਸੱਚ ਦੀ ਕਮਾਈ, ਹੈ ਨਾ, ਮਿਹਨਤ ਕਰਦੇ ਮੇਰਾ ਭਰਾ, ਸਾਡੀ ਕੋਈ ਯਾਰ ਮਾਂ ਨਹੀਂ, ਸਾਡਾ ਕੋਈ ਪੇ ਨਹੀਂ, ਹੈ ਨਾ, ਇੱਕ ਰੱਬ ਦੇ ਆਸਰੇ, ਇੱਕ ਆਪਣੇ ਭਰਾਵਾਂ ਦੇ ਆਸਰੇ ਆਪਾਂ ਚੱਲਦੇ ਹਾਂ। ਅਤੇ ਉਹ ਭਰਾ ਮੇਰੇ ਨੇ ਕਿਹਾ, ਇੱਕ ਮਿੰਟ ਗੱਡੀ ਆਈ, ਗੱਡੀ ਮੈਨੂੰ ਕੱਢਣੀ ਪੈਣੀ, ਇੱਕ ਮਿੰਟ ਸੋਰੀ, ਮੈਂ ਬਾਅਦ 'ਚੋਂ ਗੱਲ ਕਰਦਾ ਤੁਹਾਡੇ ਨਾਲ। ਉਹ ਗੱਡੀ ਨੇ ਮੈਂ ਯਾਰ ਗਲੀ 'ਚ ਲਾਈ ਹੋ ਸੀ, ਤਾਂ ਬਾਈ ਗੱਡੀ ਪਿੱਛੇ ਅੱਗ 'ਚ ਇੱਕ ਹੋਰ, ਮੈਂ ਕਾਹਨੂੰ ਕਿਸੇ ਨੂੰ ਹਰਾਸਮੈਂਟ ਕਰਨਾ, ਮੇਰੀ ਯਾਰ ਆਦਤ ਹੈ ਨਹੀਂ ਫਿਰ ਮੈਂ ਕਿਸੇ ਨੂੰ ਹਰਾਸਮੈਂਟ ਕਰਾਂ, ਕਿਸੇ ਨੂੰ ਡਿਸਟਰਬ ਕਰਾਂ, ਮੇਰੀ ਵਜ੍ਹਾ ਨਾਲ ਕੋਈ ਡਿਸਟਰਬ ਹੋਵੇ ਨਾ, ਮੇਰੀ ਯਾਰ ਆਦਤ ਹੈ ਨਹੀਂ, ਤਾਂ ਕਰਕੇ ਮੈਂ ਗੱਡੀ ਬਾਈ ਦੀ ਯਾਰ ਪਹਿਲਾਂ ਕਢਾਵਾਂ, ਬਾਕੀ ਕੰਮ ਬਾਈ ਦੀ ਕਢਾਤੀ ਆ। ਅਤੇ ਮੈਂ ਗੱਲ ਕਰਦਾ ਸੀ ਨਾ, ਮੇਰੀ ਯਾਰ ਆਦਤ ਆ, ਗਰਮੀ ਜੀ ਕਿੰਨੀ ਹੋ ਗਈ ਯਾਰ, ਅਤੇ ਮੇਰੀ ਯਾਰ ਆਦਤ ਆ, ਮੈਂ ਇੱਕ ਗੱਲ ਨਾ ਕਈ ਵਾਰ ਬਾਰ ਬਾਰ ਕਹਿੰਦਾ ਰਹਿੰਦਾ, ਗੱਡੀ ਇੰਨੀ ਸੋਹਣੀ ਲੱਗਦੀ
ਵੀਰੇ ਤੈਨੂੰ ਯਾਰ ਫੋਨ ਤੂੰ ਲੈ, ਪਹਿਲੀ ਗੱਲ ਤਾਂ ਮੇਰਾ ਭਰਾ ਫੋਨ ਲੈ ਦੇ ਯਾਰ, ਹੈ ਨਾ ਮੇਰੀ ਯਾਰ ਜਿੰਨੀ ਕੁ ਹੈਸੀਅਤ ਆ ਮੇਰੀ ਜਿੰਨੀ ਕੁ ਔਕਾਤ ਆ ਮੈਂ ਤਾਂ ਲੈ ਲਿਆ ਸੀਗਾ, ਬਾਕੀ ਮੇਰਾ ਭਰਾ ਜੇ ਇਸ ਤੋਂ ਵਧੀਆ ਲੈ ਕੇ ਦੇ ਸਕਦਾ ਤੂੰ ਲੈ ਦੇ ਮੇਰਾ ਭਰਾ, ਹੈ ਨਾ ਬੂਟੇ ਭਰਾ ਜੇ ਤੂੰ ਕਹਿੰਦਾ ਨਾ ਫੋਨ ਤਾਂ ਫੋਨ ਕੋਈ ਚਾਰਜਰ ਲੈ ਲਾ, ਤਾਂ ਮੇਰਾ ਭਰਾ ਯਾਰ ਮੇਰੇ ਕੋਲ ਤਾਂ ਮੈਂ ਤਾਂ ਯਾਰ ਬਹੁਤ ਕੁਝ ਆਪਣਾ ਘਰ ਚਲਾਉਣਾ, ਮਿਹਨਤ ਕਰਦਾ ਹੈ ਨਾ, ਆਪਣੇ ਸਿਰ 'ਤੇ ਕੋਈ ਹੈ ਨਹੀਂ, ਹੈ ਨਾ ਆਪਾਂ ਇਕੱਲੇ ਹੀ ਹੈ ਯਾਰ, ਕੋਈ ਸਿਰ 'ਤੇ ਹੈ ਨਹੀਂ, ਘਰ ਦੀ ਪੂਰੀ ਜ਼ਿੰਮੇਵਾਰੀ ਹੈ, ਹੈ ਨਾ ਅਤੇ ਕਰ ਨੂੰ ਸਭ ਕੁਛ ਕਰ ਸਕਦਾ ਬੰਦਾ, ਪਰ ਮੈਂ ਤੁਹਾਨੂੰ ਬੰਦੇ ਦੀ ਗੱਲ ਦੱਸਦਾ, ਬੂਟੇ ਬਾਈ ਦੀ ਬੂਟਾ ਕਹਿੰਦਾ ਕੋਈ ਫੋਨ ਚਾਰਜਰ ਲੈ ਲਾ ਯਾਰ, ਯਾਰ ਬੂਟੇ ਬਾਈ ਪਹਿਲੀ ਗੱਲ ਮੈਨੂੰ ਫੋਨ ਤੂੰ ਲੈ ਦੇ ਮੇਰਾ ਭਰਾ, ਜੇ ਤੈਨੂੰ ਇੰਨੇ ਦੁੱਖ ਲੱਗਿਆ ਨਾ ਫੋਨ ਬਾਈ ਤੂੰ ਲੈ ਲਾ, ਮੈਂ ਕਿਸੇ ਦੀ ਰਿਪਲਾਈ ਯਾਰ ਅੱਜ ਤੱਕ ਨਹੀਂ ਕੀਤੀ, ਕਿੰਨੇ ਨੈਗੇਟਿਵ ਕਮੈਂਟ ਵੀ ਆਉਂਦੇ ਮੈਂ ਕਦੇ ਨਹੀਂ ਕੀਤੀ, 100 ਚੋਂ 1% ਨੈਗੇਟਿਵ ਕਮੈਂਟ ਆਉਂਦੇ ਮੈਂ ਕਦੇ ਰਿਪਲਾਈ ਨਹੀਂ ਕੀਤੀ, ਇਹਨੇ ਬੰਦੇ ਨੇ 3-4 ਕਮੈਂਟ ਕੀਤੇ ਤਾਂ ਮਨ ਨੂੰ ਦੁੱਖ ਜਿਹਾ ਲੱਗਿਆ, ਮੈਂ ਯਾਰ ਆਪਾਂ ਕੁਛ ਗਲਤ ਨਹੀਂ ਕਰਦੇ, 99% ਰਿਐਲਿਟੀ ਦਿਖਾਈ ਦੀ, ਆਪਣੇ ਡਰਾਈਵਰ ਭਰਾ ਨੂੰ ਮੈਂ ਤਾਂ ਹਾਈ ਲੈਵਲ ਵਿੱਚ ਚੱਕਦਾ, ਆਪਣੇ ਡਰਾਈਵਰ ਭਰਾਵਾਂ ਦੀ ਇੱਜ਼ਤ ਬਣਾਉਣਾ, ਆਪਣੀ ਡੇਲੀ ਲਾਈਫ ਦਿਖਾਉਂਦਾ ਹਾਂ ਕਿਆ ਕਿਆ ਕਰਦੇ ਹਾਂ, ਮੈਂ ਬਲੌਗ ਬਣਾਉਣਾ, ਆਪਣੇ ਭਰਾ ਸਾਰੇ ਦੇਖਦੇ ਆ, ਖੁਸ਼ ਹੁੰਦੇ ਆ, ਵਧੀਆ ਰਾਏ ਦਿੰਦੇ, ਵਧੀਆ ਕਮੈਂਟ ਕਰਦੇ ਆ, ਅਤੇ ਬੂਟੇ ਮੇਰੇ ਭਰਾ ਯਾਰ ਪਹਿਲੀ ਗੱਲ ਤਾਂ ਜੇ ਕੋਈ ਦਿਲ 'ਚ ਗੱਲ ਹੈਗੀ ਆ ਤਾਂ ਇੰਸਟਾਗ੍ਰਾਮ ਮੇਰਾ ਨੰਬਰ ਆਪਣਾ ਯੂਟਿਊਬ 'ਤੇ ਮੈਂ ਸ਼ੇਅਰ ਨਹੀਂ ਕਰ ਸਕਦਾ, ਇੰਸਟਾਗ੍ਰਾਮ ਮੇਰਾ ਹੈਗਾ ਇਟ ਇਜ਼ ਸੋਹਲ ਯਸੁ, ਹੈ ਨਾ ਅਤੇ ਇੱਕ ਆਈ ਡੀ ਹੈਗੀ ਮੇਰੀ ਇੰਸਟਾਗ੍ਰਾਮ 'ਤੇ, ਮੇਰੀ ਆਈ ਡੀ ਹੈਗੀ ਸੋਹਲ ਜੈਸ /YT, ਤਾਂ ਮੇਰਾ ਭਰਾ ਇੰਸਟਾਗ੍ਰਾਮ 'ਤੇ ਸਿੱਧਾ ਕਾਲ ਲਾ ਲਈ ਮੈਨੂੰ, ਨਾ ਜੇ ਕੋਈ ਦੁੱਖ ਤਕਲੀਫ ਆ ਤਾਂ ਆਪਾਂ ਸਿੱਧਾ ਮਿਲ ਲਾਂਗੇ, ਅਤੇ ਆਪਾਂ ਮੈਂ ਨਾ ਯਾਰ ਸ਼ੁਰੂ ਤੋਂ ਮੇਰੀ ਯਾਦ ਤਾਂ ਮੈਂ ਨਾ ਸਟਾਰਟਿੰਗ ਕੀਤੀ ਐਂਡਰੋਇਡ ਤੋਂ, ਰੈਡਮੀ ਤੋਂ, ਫਿਰ ਐਂਡਰੋਇਡ ਲਿਆ ਮੈਂ ਸੈਮਸੰਗ ਦਾ, ਅੱਜ ਆਈਫੋਨ ਆ ਵੀਰੇ, ਅਤੇ ਆਪਾਂ ਨੂੰ ਕੋਈ ਬਾਹਰੋਂ ਨਹੀਂ ਈਅਰਫੋਨ ਆਇਆ, ਹੈ ਨਾ ਕੋਈ ਕਿਸੇ ਮਾਂ ਨੇ ਲੈ ਕੇ ਤਾਂ ਕਿਸੇ ਪੇ ਨੇ ਲੈ ਕੇ, ਤਾਂ ਆਪ ਕਮਾਉਂਦੇ ਹਾਂ, ਆਪ ਕਰਦੇ ਹਾਂ, ਇੱਥੇ ਤੱਕ ਪਹੁੰਚੇ ਹਾਂ, ਬਾਕੀ ਪਰਮਾਤਮਾ ਲਿਜਾਣ ਵਾਲਾ, ਤੁਸੀਂ ਭਰਾ ਦੇਖਣ ਵਾਲੇ, ਤੁਸੀਂ ਭਰਾ ਇੱਥੇ ਤੱਕ ਲੈ ਕੇ ਆਏ, ਤੁਸੀਂ ਸਾਰੇ ਭਰਾ ਸਪੋਰਟ ਕਰਦੇ ਹਾਂ, ਅਤੇ ਬੂਟੇ ਨੂੰ ਮੈਂ ਰਿਪਲਾਈ ਕੀਤੀ ਅੱਜ, ਕਦੇ ਨਹੀਂ ਮੈਂ ਯਾਰ, ਮੈਨੂੰ 5-6 ਮਿੰਟ ਹੈਗੇ ਬੂਟੇ ਦੇ, ਮੈਂ ਅੱਜ ਰਿਪਲਾਈ ਕਰਨ ਲੱਗਿਆ, ਮੇਰਾ ਭਰਾ ਜੇ ਕੋਈ ਦੁੱਖ ਤਕਲੀਫ ਆ ਤਾਂ ਇੰਸਟਾਗ੍ਰਾਮ 'ਤੇ ਮੈਨੂੰ ਮੈਸੇਜ, ਇੰਸਟਾਗ੍ਰਾਮ 'ਤੇ ਜਾਂ ਮੈਸੇਜ ਕਰਨੀ ਜਾਂ ਕਾਲ ਕਰਨੀ, ਜਿੱਥੇ ਮਿਲਣਾ ਆਪਾਂ ਮਿਲ ਵੀ ਲਉਂਗੇ, ਸੋਹਲ ਜੈਸ /YT, ਅਤੇ ਫੋਨ ਵੀ ਲਾ ਲਈ ਮੇਰਾ ਭਰਾ, ਕਹਿੰਦਾ ਜਿਹੜੇ ਭਰਮ ਭੁਲੇਖੇ ਤੁਰੇ ਕੱਢ ਦਾਂਗੇ, ਅਤੇ ਇਹ ਤਾਂ ਯਾਰ ਜੈਲਸੀ ਹੋ ਗਈ, ਮੇਰਾ ਭਰਾ ਜੈਲਸੀ ਨਾ ਕਰੋ, ਰੀਸ ਕਰੋ ਕਿ ਯਾਰ ਸਾਰੇ ਸਾਤੋਂ ਸਿਆਣੇ ਆ, ਫਿਰ ਵੀ ਕਿਸੇ ਨੂੰ ਯਾਰ ਗੁੱਸਾ ਲੱਗਿਆ ਹੋਵੇ ਮੇਰਾ ਭਰਾ ਤਾਂ ਮਾਫ਼ ਕਰਿਓ, ਅਤੇ ਬਾਕੀ ਯਾਰ ਜਿਹੜੇ ਭਰਾ ਸਪੋਰਟ ਕਰਦੇ ਆ ਦੇਖਦੇ ਆਪਾਂ ਨੂੰ, ਦਿਲੋਂ ਯਾਰ ਲਵ ਯੂ ਮੇਰਾ ਭਰਾ, ਦਿਲੋਂ ਲਵ ਯੂ ਮੇਰੇ ਭਰਾ, ਰਾਣੀ ਸੁੰਦਰ ਇੱਥੇ, ਅਤੇ ਆਪਾਂ ਲਾਈ ਆ ਗਲੀ 'ਚ, ਅਤੇ ਇੱਕ ਗੱਡੀ ਆਪਣੇ ਨਾਲ ਆ, ਇੱਕ ਮੋਹਰੇ ਖੜ੍ਹੀ ਆ ਫੁੱਲਾਂ ਵਾਲੀ, ਅਤੇ ਹੁਣ ਸਿੱਧਾ ਵਾਪਸੀ ਜਾਣਾ, ਵਿਛੋੜੀ ਨੂੰ ਵਿਛੋੜੀ ਸਵਾਰੀ ਛੱਡ ਕੇ ਸਿੱਧਾ ਜਾਣਾ ਘਰ ਨੂੰ, ਕਿਉਂਕਿ ਮੈਨੂੰ ਲੱਗਦਾ 10 ਵੱਜ ਜਾਣੇ ਘਰ, ਪਹੁੰਚ ਗਏ ਮੁੜ ਕੇ ਪਿੰਡ ਵਿਛੋੜੀ, ਸਮਾਨ ਸਮੂਨ ਲਾ ਕੇ ਗੱਡੀਆਂ ਕਰਤੀਆਂ ਆਪਾਂ ਸਾਈਡ 'ਤੇ ਪਾਰਕ, ਡੋਲੀ ਵਾਲੀ ਗੱਡੀ ਪਤਾ ਨਹੀਂ ਕਿੱਥੇ ਰਹੀ ਯਾਰ ਭਾਅ ਜੀ, ਉਹ ਤਾਂ ਸਾਤੋਂ ਵੀ ਭਾਈ 1.5-2 ਘੰਟੇ, ਸਾਤੋਂ ਅੱਧਾ ਘੰਟਾ ਪਹਿਲਾਂ ਤਾਂ ਤੁਰੀ ਹੋਊਗਾ, ਹਾਂਜੀ ਕਿਤੇ ਫਿਰ ਪੁੱਛਿਆ ਫੋਨ ਲਾਵਾਂ, ਲੈ ਵੇ ਮਿੱਤਰਾ ਹੁਣ ਪਹੁੰਚੀ ਡੋਲੀ ਵਾਲੀ ਗੱਡੀ ਕਰੂਜ਼, ਇਹ ਬਾਈ ਪਤਾ ਨਹੀਂ ਕਿੱਥੇ ਰਹਿ ਗਿਆ ਸੀਗਾ, 7-8 ਘੰਟੇ ਪਹਿਲਾਂ ਚੁਰ ਪਿਆ ਸੀਗਾ ਇਹ ਬਾਈ, ਹੁਣ ਪਹੁੰਚਿਆ, ਹੁਣ ਮਲਵਈ ਗਿੱਧੇ ਵਾਲੇ ਹੱਥ ਕਰਾਉਣਗੇ, ਦੇਖੋ ਲੈ ਰਿਹਾ ਬਹਿਰਾ ਆਉਂਦੀ, ਹੁਣ ਮਲਵਈ ਗਿੱਧੇ ਵਾਲੇ ਪੂਰੀ ਹੱਥ ਕਰਾਉਣੇ ਹੈ, ਬੰਦਾ ਕਿੱਥੇ ਰਹਿ ਗਿਆ ਸੀਗਾ ਸਾਡਾ, ਕਿੱਥੇ ਰਹਿ ਗਿਆ ਸੀਗਾ, ਕਿੱਥੇ ਰਹਿ ਗਿਆ, ਹਾਂਜੀ ਬਾਬਿਓ ਲੈ ਵੇ ਮਿੱਤਰਾ, ਫਾਈਨਲੀ 9 ਵੱਜ ਗਿਆ, ਅਤੇ ਹੁਣ ਚੱਲਿਆ ਬਾਬਿਓ ਘਰ ਨੂੰ ਵਾਪਸ, ਅਤੇ ਹਿਸਾਬ ਤਾਬ ਸਾਡਾ ਹੋਇਆ ਨਹੀਂ, ਕਹਿੰਦੇ ਸਵੇਰੇ ਕਰ ਦਾਂਗੇ, ਕਿਉਂਕਿ ਹਲੇ 1-1.5 ਘੰਟੇ ਕਹਿੰਦੇ ਲਾਈ ਜਾਣਾ ਡੋਲੀ ਡਾਲੀ ਲਾਉਣੀ ਆ, ਇਹ ਮੂਵੀ ਵਾਲਿਆਂ ਦਾ ਤੁਹਾਨੂੰ ਪਤਾ 100 ਛੰਗਣ ਮੰਗਣ ਹੁੰਦੇ ਆ, ਮੈਂ ਕਿਹਾ ਚਲੋ ਕੋਈ ਚੱਕਰ ਨਹੀਂ ਸਵੇਰੇ ਕਰ ਲਿਓ, ਸਵੇਰੇ ਗੂਗਲ ਪੇ ਪੈਸੇ ਕਹਿੰਦੇ ਨੱਠੇ ਚੱਲੇ ਪੈਸੇ ਆ ਜੂਗੇ, ਤਾਂ ਫਿਰ ਆਪਾਂ ਮੈਂ ਅਤੇ ਵਿਜੇ ਭਾਈ ਸੀਗੇ ਦੋਵੇਂ ਲਾਸਟ, ਅਤੇ ਆਪਾਂ ਗੱਡੀਆਂ ਦੇ ਐਕਸਟਰਾ ਪੈਸੇ ਪਾਤੇ, ਸਾਡੀਆਂ ਗੱਡੀਆਂ ਕੁੜੀਆਂ ਦੇ ਘਰ ਗਈਆਂ ਸੀ ਨਾ ਬਰਾਤ ਨਾਲੋਂ, ਆਪਾਂ 6-6, 7-7 ਸੌ ਰੁਪਏ ਵੱਧ ਮਤਲਬ ਪਾਤਾ ਪਰ ਗੱਡੀ ਦਾ 700 ਰੁਪਈਆ, ਅਤੇ ਗੱਡੀ ਸਾਡੀ ਚੱਲ ਗਈ ਸੀ 30 ਕਿਲੋਮੀਟਰ ਐਕਸਟਰਾ, ਤਾਂ ਇੰਨੇ ਕਿਤੇ ਚਾਹੀਦੇ ਸੀਗੇ, ਅਤੇ ਉਹ ਮੈਂ ਕਿਹਾ ਹੁਣ ਬਾਈ ਆਪਣਾ ਛੋਟਾ ਬਾਈ ਸਵੇਰ ਨੂੰ ਕਰ ਲਊਗਾ ਹਿਸਾਬ ਤਾਬ, ਅਤੇ ਆਪਾਂ ਚੱਲਦੇ ਹਾਂ ਘਰ ਨੂੰ, ਅਤੇ ਇਹ ਸੀਗਾ ਮੇਰੇ ਵੀਡੀਓ ਅੱਜ ਦਾ ਵਲੌਗ, ਜੇ ਵਲੌਗ ਵਧੀਆ ਲੱਗਿਆ ਤਾਂ ਮੇਰਾ ਭਰਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਜਿਹਨੇ ਨਹੀਂ ਕੀਤਾ, ਅਤੇ ਵੀਡੀਓ ਕਰਿਓ ਲਾਈਕ, ਸੋਹਣੇ ਜਿਹੇ ਛੱਡਿਓ 3-4 ਕਮੈਂਟ, ਬਸ ਦਿਲ ਖੁਸ਼ ਹੋ ਜਾਵੇ ਤੁਹਾਡੇ ਭਰਾ ਦਾ, ਆਪਣੇ ਭਰਾ ਪਿਆਰ ਕਰਦੇ ਆ, ਸਪੋਰਟ ਕਰਦੇ ਆ, ਅਤੇ ਬਾਕੀ ਜਿਹੜੇ ਨੈਗੇਟਿਵ ਕਮੈਂਟ ਕਰਦੇ ਆ ਉਹਨਾਂ ਦਾ ਮੈਂ ਰਿਪਲਾਈ ਤਾਂ ਕਰਦਾ, ਫਿਰ ਵੀ ਮੇਰਾ ਭਰਾ ਯਾਰ ਹੈ ਨਾ, ਜੇ ਕਿਸੇ ਨੂੰ ਕੋਈ ਗੁੱਸਾ ਗਿੱਲਾ ਲੱਗਿਆ ਹੋਵੇ ਤਾਂ ਉਹਦੇ ਸੌਰੀ ਆ, ਅਤੇ ਬਾਕੀ ਸਤਿ ਸ਼੍ਰੀ ਅਕਾਲ ਬਾਬਾ।